ਜਸਟ ਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੇ ਵਿੱਚ ਕੁਝ ਦਿਨ ਬਾਕੀ ਹੈਗੇ ਹੈ, ਪਰ ਸਿਆਸਤ ਬੜੀ ਬਾਕੀ ਹੈਗੀ ਹੈ। ਸਿਆਸਤ ਕਦੋਂ ਤੱਕ ਰਹੇਗੀ ਇਸ ਦਾ ਸਵਾਲ ਨਹੀਂ ਹੈਗਾ, ਪਰ ਨਿਰਮਾਣ ਕਾਰਜ ਅਧੂਰੇ ਕਿਉਂ ਹੈਗੇ, ਸਵਾਲ ਇਹ ਹੈਗਾ। ਨਿਰਮਾਣ ਕਾਰਜ ਅਧੂਰੇ ਹੈਗੇ ਅਤੇ ਇਸ 'ਤੇ ਸਿਆਸਤ ਬਾਕੀ ਹੈਗੀ ਹੈ। ਕੈਪਟਨ ਅਮਰਿੰਦਰ ਸਿੰਘ ਉੱਥੇ ਜਾ ਕੇ ਜਾਇਜ਼ਾ ਲੈਂਦੇ ਹੈਗੇ ਹੈ, ਕਹਿੰਦੇ 9 ਦਿਨਾਂ 'ਚ ਕੰਮ ਪੂਰਾ ਹੋ ਜਾਵੇਗਾ। ਕੁਝ ਇਹਨਾਂ ਦੇ ਹੋਰ ਜਿਹੜੇ ਮੰਤਰੀ ਹੈਗੇ ਉਹ ਕੁਝ ਹੋਰ ਕਹਿ ਰਹੇ ਹੈਗੇ ਹੈ। ਇਹ ਸਭ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਮਿਲਿਆ ਹੈਗਾ, ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਖਬਰ ਆਈ ਅਤੇ ਇੱਥੇ ਸਿਆਸਤ ਤਪ ਗਈ। ਇੱਥੇ ਸਿਆਸਤ ਇਹੋ ਜਿਹੀ ਤਪੀ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਇਹ ਕਹਿਣ ਲੱਗ ਪਿਆ ਕਿ ਉਹ ਪਾਕਿਸਤਾਨ ਦਾ ਰਿਪ੍ਰੈਜੈਂਟੇਟਿਵ ਹੈਗਾ, ਕੋਈ ਇਹ ਕਹਿਣ ਲੱਗ ਪਿਆ ਕਿ ਨਵਜੋਤ ਸਿੰਘ ਸਿੱਧੂ ਤਾਂ ਪਹਿਲਾਂ ਹੀ ਪਾਕਿਸਤਾਨ ਜਾਣਾ ਚਾਹੁੰਦੇ ਨੇ, ਕੋਈ ਕੁਝ ਹੋਰ ਬਿਆਨ ਦੇ ਰਿਹਾ, ਕੋਈ ਕੁਝ ਹੋਰ ਬਿਆਨ ਦੇ ਰਿਹਾ, ਅਤੇ ਕੋਈ ਇਹੋ ਜਿਹੇ ਆਪਣੇ ਵੀ ਹੈਗੇ ਜਿਹੜੇ ਬਿਆਨ ਹੀ ਨਹੀਂ ਦੇ ਰਹੇ, ਕਹਿੰਦੇ ਸਿੱਧੂ ਨੂੰ ਜਾ ਕੇ ਪੁੱਛੋ। ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਆ। ਅਤੇ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਉਹ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ 'ਤੇ ਭਾਰਤ ਵਾਲੇ ਪਾਸੇ ਜਾਣਗੇ। ਉਹਨਾਂ ਦਾ ਸ਼ਡਿਊਲ ਆ ਜਿਹੜਾ ਪ੍ਰੋਗਰਾਮ ਆ ਚੁੱਕਿਆ ਹੈਗਾ। ਬਹੁਤ ਇਹੋ ਜਿਹੇ ਸਵਾਲ ਜਿਹੜੇ ਬਾਕੀ ਹੈਗੇ ਆ ਕਿ ਕਿਹਦੇ ਵੱਲੋਂ ਇਹ ਕਾਰਜ ਅਧੂਰਾ ਹੈਗਾ, ਅੜਿੱਕੇ ਹੈਗੇ ਕੀ ਆ, ਅਸੀਂ ਸਵਾਲ ਕਿਉਂ ਪੁੱਛਾਂਗੇ। ਕਰਤਾਰਪੁਰ ਲਾਂਘੇ 'ਚ ਕੀ ਕੁਝ ਬਾਕੀ, ਕਰਤਾਰਪੁਰ ਲਾਂਘੇ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਅਤੇ ਅੱਜ ਬਹਿਸ ਕਿਉਂ ਕਰ ਰਹੇ ਤੁਹਾਨੂੰ ਦੱਸਦੀਏ। ਭਾਰਤ 'ਚ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਅਤੇ ਸਰਹੱਦ ਪਾਰੋਂ ਸਿੱਧੂ ਨੂੰ ਸੱਦੇ 'ਤੇ ਸਿਆਸਤ ਪੱਖੀ ਆ। ਨਿਰਮਾਣ ਕਾਰਜਾਂ ਦੀ ਡੈਡਲਾਈਨ ਮੁੱਕਣ 'ਤੇ ਕੈਪਟਨ ਨੇ ਡੇਰਾ ਬਾਬਾ ਨਾਨਕ 'ਚ ਜਾਇਜ਼ਾ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ 9 ਦਿਨਾਂ 'ਚ ਮੁਕੰਮਲ ਹੋ ਜਾਣਗੇ ਲਾਂਘੇ ਦੇ ਅਧੂਰੇ ਕਾਰਜ। ਨਿਰਮਾਣ ਕਾਰਜਾਂ 'ਚ ਦੇਰੀ 'ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਨੂੰ ਘੇਰਿਆ। ਆਮ ਆਦਮੀ ਪਾਰਟੀ ਨੇ ਲਾਂਘੇ ਦੇ ਅਧੂਰੇ ਕਾਰਜਾਂ ਲਈ ਸੂਬਾ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਜ਼ਿੰਮੇਵਾਰ ਦੱਸਿਆ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਮਿਲੇ ਸੱਦੇ 'ਤੇ ਵੀ ਸਿਆਸਤ ਤੱਪੀ ਹੈ। ਸਿੱਧੂ ਦੇ ਸਵਾਲ 'ਤੇ ਕੈਪਟਨ ਨੇ ਟਾਲਾ ਵੱਟਿਆ ਅਤੇ ਜਾਖੜ ਨੇ ਲਾਂਘੇ 'ਤੇ ਸਿੱਧੂ ਦੀ ਭੂਮਿਕਾ ਨੂੰ ਸਰਾਹਿਆ। ਪਾਕਿਸਤਾਨ ਵੱਲੋਂ ਸਿੱਧੂ ਨੂੰ ਮਿਲੇ ਸੱਦੇ 'ਤੇ ਵਿਰੋਧੀਆਂ ਨੇ ਸ਼ਬਦੀ ਹਮਲੇ ਤੇਜ਼ ਕਰ ਦਿੱਤੇ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਕਰਤਾਰਪੁਰ ਲਾਂਘੇ ਦਾ 9 ਨਵੰਬਰ ਨੂੰ ਉਦਘਾਟਨ ਹੋਵੇਗਾ। ਲਾਂਘੇ ਜ਼ਰੀਏ ਪਹਿਲਾ ਜੱਥਾ ਵੀ 9 ਨਵੰਬਰ ਨੂੰ ਹੀ ਰਵਾਨਾ ਹੋਵੇਗਾ। ਵਿਦੇਸ਼ ਮੰਤਰਾਲਾ ਇਹ ਵੀ ਕਹਿ ਰਿਹਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਨਵੰਬਰ ਨੂੰ ਉੱਥੇ ਜਾਣਗੇ ਅਤੇ ਇੱਕ ਜਿਹੜੀ ਵੱਖਰੀ ਸਟੇਜ ਆ ਕੇਂਦਰ ਵੱਲੋਂ ਲਗਾਈ ਜਾਵੇਗੀ। ਸੁਰੱਖਿਆ ਦੇ ਹਵਾਲੇ ਦੇ ਨਾਲ ਇਹ ਸਟੇਜ ਵੱਖਰੀ ਦਾ ਫੈਸਲਾ ਕੀਤਾ ਗਿਆ, ਇਹ ਕੈਪਟਨ ਅਮਰਿੰਦਰ ਸਿੰਘ ਦੱਸ ਰਹੇ। ਨਿਰਮਾਣ ਕਾਰਜਾਂ 'ਤੇ ਸਿਆਸਤ ਕਹਿੰਦੀ ਕੀ ਹੈ, ਪਹਿਲਾਂ ਸੁਣ ਲਈਏ। 9 ਦਿਨਾਂ ਦੇ ਵਿੱਚ ਇਹ ਪੂਰਾ ਹੋ ਜਾਵੇ। ਸੋ ਆਈ ਵੀ ਆਰ ਜਿਸ ਤਰੀਕੇ ਨਾਲ ਦੱਸਿਆ ਗਿਆ ਉਹ ਕੰਫੀਡੈਂਟ ਨੇ ਕਿ ਗੱਲ ਮੁੱਕ ਗਿਆ, ਸਭ ਕੁਝ ਤਿਆਰ ਹੋ ਗਿਆ। ਬੜਾ ਲੇਟ ਜਾ ਕੇ ਮਨ ਬਣਾਇਆ, ਪਤਾ ਨਹੀਂ ਕਿਸ ਕਿਸਮ ਦੀ ਰਾਜਨੀਤੀ ਕਰ ਰਹੇ ਸੀ। ਸਭ ਤੋਂ ਪਹਿਲਾਂ ਜਿਹੜਾ ਮੈਂ ਸਮਝਦਾ ਵੀ ਵਾਹਿਗੁਰੂ ਦੀ ਕਿਰਪਾ ਹੋਈ, ਸਦਬੁੱਧੀ ਦੋਨਾਂ ਪਾਸੇ ਆਈ, ਉੱਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜੀ ਨੇ ਅਤੇ ਇੱਧਰ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇਸ ਗੱਲ 'ਤੇ ਹਾਂ ਕੀਤੀ। ਬੜਾ ਇੱਕ ਹਾਂ ਪੱਖੀ, ਬੜਾ ਇੱਕ ਪੋਜ਼ਿਟਿਵ ਮਾਹੌਲ ਬਣਿਆ ਸੀਗਾ। ਪਰ ਉਹਦੇ ਬਾਅਦ ਕਿਉਂ ਪਤਾ ਨਹੀਂ ਲੱਤ ਖਿੱਚਣ ਲੱਗੇ, ਹਰੇਕ ਕਿਸਮ ਦੀ ਅੜਚਨਾ ਉਹਦੇ ਵਿੱਚ ਪਾਈ ਗਈ। ਉਹਦੇ ਬਾਅਦ ਇਮੀਡੀਏਟਲੀ ਨਿਊਕਲੀਅਰ ਵੈਪਨ ਦੀਆਂ ਗੱਲਾਂ ਕਰਨ ਲੱਗੇ ਵੀ ਅਸੀਂ ਜਿਹੜੇ ਆ ਐਟਮੀ ਹਥਿਆਰ ਰੱਖੇ ਹੈ, ਇਹ ਕੋਈ ਦੀਵਾਲੀ ਦੇ ਪਟਾਕੇ ਨਹੀਂ ਰੱਖੇ ਜਾਂ ਹੋਰ ਕਿਸਮ ਦੀਆਂ ਗੱਲਾਂ ਕਰ ਕਰਕੇ ਹਰੇਕ ਕਿਸਮ ਦਾ ਰੋੜਾ ਅਟਕਾਇਆ ਗਿਆ। ਦੇਖੋ, ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਮੈਂ ਸਮਝਦਾ ਪੰਜਾਬ ਸਰਕਾਰ, ਸੈਂਟਰ ਸਰਕਾਰ, ਅਕਾਲੀ ਦਲ, ਕਾਂਗਰਸ ਸਾਰੇ ਰਾਜਨੀਤੀ ਕਰ ਰਹੇ ਨੇ ਕਿ ਕਰਤਾਰਪੁਰ ਕੋਰੀਡੋਰ ਲਗਭਗ 70-72 ਸਾਲ ਖੁੱਲ੍ਹਣ ਜਾ ਰਿਹਾ ਗਾ। ਉਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੀ ਮੰਗ ਜਿਹੜੀ ਹੈਗੀ ਹੈ ਪੂਰੀ ਹੋਈ, ਅਰਦਾਸ ਪੂਰੀ ਹੋਈ ਹੈਗੀ। ਸੋ ਇਸ ਗੱਲ ਨੂੰ ਲੈ ਕੇ ਮੈਂ ਸਮਝਦਾ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ, ਔਰ ਲਗਾਤਾਰ ਜਿਹੜਾ ਕੰਮ ਆ ਉਹ ਤੇਜ਼ੀ ਨਾਲ ਕੰਪਲੀਟ ਹੋ ਕੇ ਜਿਹੜਾ 12 ਨਵੰਬਰ ਨੂੰ ਗੁਰਪੁਰਬ ਮਨਾਇਆ ਜਾਣਾ ਹੈਗਾ, ਉਸ ਦਿਨ ਜਿਹੜਾ ਹੈਗਾ ਉਹ ਲਾਂਘਾ ਉਸ ਤੋਂ ਪਹਿਲਾਂ ਖੁੱਲ੍ਹਣਾ ਚਾਹੀਦਾ, ਤਾਂ ਕਿ ਹਰੇਕ ਜਿਹੜਾ ਵੀ ਬੰਦਾ ਜਾ ਕੇ ਨਤਮਸਤਕ ਹੋਣਾ ਚਾਹੁੰਦਾ, ਦਰਸ਼ਨ ਕਰਨਾ ਚਾਹੁੰਦਾ, ਦਰਸ਼ਨ ਕਰ ਸਕੇ। ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਕਰਤਾਰਪੁਰ ਲਾਂਘੇ ਵਿੱਚ ਸਿਆਸਤ ਆਖਰ ਚਾਹੁੰਦੀ ਕੀ ਹੈ ਕੀ ਹੈ, ਇਸ ਸਵਾਲ 'ਤੇ ਬਹਿਸ ਕਰਾਂਗੇ। ਪਹਿਲਾਂ ਸਾਡਾ ਮੌਜੂਦ ਹੈਗਾ ਉਹਨਾਂ ਦਾ ਤਾਰਫ ਕਰਾ ਰਿਹਾ ਸਤਿੰਦਰ ਸਿੰਘ ਬੈਂਸ, ਸੀਨੀਅਰ ਜਰਨਲਿਸਟ ਨੇ। ਬੈਂਸ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਲੰਬਾ ਤਜਰਬਾ ਬੈਂਸ ਸਾਹਿਬ ਦਾ। ਸੁਖਦੇਵ ਸਿੰਘ ਰੋਪੜ ਕਾਂਗਰਸ ਦੇ ਬੁਲਾਰੇ ਆ, ਬਹੁਤੇ ਚਿਰਾਂ ਬਾਅਦ ਇਹਨਾਂ ਦਾ ਚਿਹਰਾ ਦੇਖਣ ਨੂੰ ਮਿਲਿਆ ਹੈਗਾ। ਕਾਂਗਰਸ ਦੇ ਬੁਲਾਰੇ ਅੱਜਕੱਲ੍ਹ ਆ ਨਹੀਂ ਰਹੇ ਸੀਗੇ, ਤੁਹਾਡਾ ਸਵਾਗਤ ਕਰਦਾ ਰੋਪੜ ਸਾਹਿਬ। ਚੰਦ ਸਿੰਘ ਬਰਾੜ ਵੀ ਲੰਬੇ ਸਮੇਂ ਬਾਅਦ ਟੀਵੀ ਡਿਬੇਟ 'ਤੇ ਆਏ ਆ, ਚੋਣਾਂ 'ਚ ਬਿਜ਼ੀ ਸੀਗੇ। ਬਰਾੜ ਸਾਹਿਬ ਤੁਹਾਡਾ ਵੀ ਬਹੁਤ ਸਵਾਗਤ ਹੈ। ਰਵਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਬੁਲਾਰੇ ਆ, ਇਹ ਵੀ ਬੜੇ ਚਿਰਾਂ ਬਾਅਦ ਆਏ ਆ, ਪਤਾ ਨਹੀਂ ਕਿੱਥੇ ਚਲੇ ਗਏ ਸੀਗੇ। ਰਵਿੰਦਰ ਸਿੰਘ ਤੁਹਾਡਾ ਵੀ ਬਹੁਤ ਸਵਾਗਤ। ਸਭ ਤੋਂ ਪਹਿਲਾਂ ਸਵਾਲ ਸੁਦੇਸ਼ ਰੋਪੜ ਤੁਹਾਨੂੰ ਕਰਨਾ ਚਾਹੂੰਗਾ। ਸੁਦੇਸ਼ ਰੋਪੜ, ਨਿਰਮਾਣ ਕਾਰਜ ਦੇਰੀ ਕਿਹਨੇ ਕੀਤੀ? ਨਹੀਂ, ਦੇਰੀ ਵਾਲੀ ਤਾਂ ਅੱਜ ਸੀਐਮ ਸਾਹਿਬ ਦੀ ਤੁਸੀਂ ਸਟੇਟਮੈਂਟ ਸੁਣੀ ਲਈ ਆ। ਸੀਐਮ ਸਾਹਿਬ ਕਹਿੰਦੇ ਵੀ ਠੀਕ ਹੈ, 9 ਤਰੀਕ ਤੱਕ ਕੰਪਲੀਟ ਹੋ ਜਾਊਗਾ। ਸੀਐਮ ਸਾਹਿਬ ਦੀ ਸਟੇਟਮੈਂਟ ਮੰਨੀ ਹੈ ਜਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਸਟੇਟਮੈਂਟ ਮੰਨੀ ਹੈ? ਦੇਖੋ, ਸੀਐਮ ਸਾਹਿਬ ਅੱਜ ਉੱਥੇ ਕਰਤਾਰਪੁਰ ਲਾਂਘੇ ਤਾਂ ਜਿੱਥੇ ਡੇਰਾ ਬਾਬਾ ਨਾਨਕ ਆ ਉੱਥੋਂ ਅੱਜ ਬੋਲ ਰਹੇ ਸੀ, ਤਾਂ ਮਤਲਬ ਸੀਐਮ ਸਾਹਿਬ ਜਾਖੜ ਸਾਹਿਬ ਚੋਣਾਂ ਲੜਦੇ ਆ ਉੱਥੋਂ, ਗੁਰਦਾਸਪੁਰ ਏਰੀਆ ਤੋਂ? ਨਹੀਂ, ਠੀਕ ਹੈ, ਚੋਣਾਂ ਲੜਦੇ ਆ, ਜੇ ਹੋ ਸਕਦਾ ਜਾਖੜ ਸਾਹਿਬ ਦੀ ਸਟੇਟਮੈਂਟ ਗਲਤ ਆ ਜਾਂ ਸੀਐਮ ਸਾਹਿਬ ਦੀ ਸਟੇਟਮੈਂਟ ਸਹੀ ਆ? ਸਟੇਟਮੈਂਟ ਜਿਹੜੀ ਜਾਖੜ ਸਾਹਿਬ ਨੇ ਕਹੀ ਹੈ ਵੀ ਠੀਕ ਹੈ, ਅੱਜ ਤੱਕ ਕੰਪਲੀਟ ਹੋ ਜਾਣਾ ਚਾਹੀਦਾ ਸੀ, ਜੇ ਕੋਈ ਡਿਲੇ ਹੈ ਤਾਂ ਉਹ ਡਿਲੇ ਤਾਂ ਥੋੜ੍ਹੀ ਬਹੁਤ ਹੈ ਹੀ ਹੈ, ਪਰ ਚਲੋ ਜੋ ਅੱਜ ਕਿਹਦੀ ਵਜ੍ਹਾ ਕਰਕੇ ਡਿਲੇ ਹੈ?
आई सी पी का पसेंजर टर्मीनल जरा उन्दे कोई देरी नहीं, पहला फेज 20 एकड़ च बनना है, उन्दे कोई देरी नहीं तुहाडे वल्लों? ये सारी जमीन जमीन अक्वायर करके टाइम ते देती है, सारा कुछ कीता टाइम ते दित्ता, तुहाडे वल्लों कोई देरी नहीं? जो कुछ देरी है केंद्र सरकार वल्लों है? बिल्कुल। चरण सिंह बराड़, तुसी केंद्र च भाईवाल हो, तुसी कहिंदे सीगे वी लांघे दा काम जोरां शोरां चल रहा, टाइम ते मुकम्मल होवेगा, डेडलाइन टप चुकी हैगी, हुण तुसी की कहोगे? देखो मैं एक बेनती करा कि बड़ा एक चंगा समा जिहड़ा उह नेड़े आ रहा, मैं मीडिया नूं भी बेनती हथ जोड़ के करा कि छोटियां छोटियां गल्लां दा बात दा बतंगड़ बना के सगों दी हर गल ते आपां नूं खिंचणा नहीं चाहीदा गा। मुख्यमंत्री साहब जाणी जाणा है भी जे लेट होया सी तां क्यों होया सी, उन्होंने भी पता है कि दो दो वारी भी 21 दिन टिप्पर क्यों खड़े रहे सी, कितना उत्थे गुंडा टैक्स दा रौला पिया सी। मीडिया के सामने जो उन्हों का वाजब बयान से वो यही बनता सी, नहीं तो अगली परते भी खुलनी सी, फिर दरीकता जी होगी हुई है, वो कई कारण है तो मीडिया नूं ज़्यादा पता सी। इस करके मैं उन्हां गल्लां वल नूं जाना नहीं चाहुंदा, ना मैं खिंचना चाहुंदा। जिस तरह मुख्यमंत्री ने भी किया और सेंटर दीयां एजेंसियां जिहड़ियां काम करन लगियां उन्होंने भी किया कि 9 तरीक नूं जदों प्रधानमंत्री साहब आ रहे हैं तो उदों पहलां पहलां वो कंप्लीट हो जूगा, तो जे कोई छोटियां मोटियां गल्लां कंप्लीट होण तों रह भी गईयां तो मेरा ख्याल है कि 2-4-5 दिनां च अगे जिमें घर आप नवा बनाइए तो घर च शिफ्ट कर लीद, तो माड़े मोटे कुंडिया कुंडे कब्जे जोड़े बाद भी लगते रहेंगे। इस करके जो कोई छोटी मोटी गल रह गई तो भावें पंजाब सरकार के जुम्मे की होवें सेंटर सरकार के जुम्मे की हो कर लेंगे, पर मैं संगतों को बधाई देनी चाहना कि 9 तरीक न पहले जथे दे नाल देश के प्रधानमंत्री साहब जोड़े है वो फ्लैग ऑफ करे पहले जथे और सारिया पार्टिया के नुमाइंदे। मैं ये एक गल कह कि एक गुरु नानक नाम लेवा संगत सारी भावें किसी भी पार्टी संबंधित है, किसी भी धर्म संबंधित है, ज किसी भी जात बरादरी संबंधित है, सारे के सारे ही वो हिस्सा लैणगे और पोर्टल खुल चुके हैं, निरंतर जोड़ा है अपलाई करना लोगों का जारी है और उम्मीद करते हैं कि वध तो वध लोग जाणगे। के भी जी एक गल मैं बेनती कर दिया, सानू सगों की जी फिक्रमंदी मैनू हैगी है और मैं एक बेनती कर दिया कि वो इस गल की है कि जिहड़ा पासपोर्ट वाला काम है, अपलाई करने वाला काम है, ये साढ़े पिंडां च बैठी जिहड़ी गरीब आबादी है, गरीब लोग ने उन्हां लई बड़ा औखा काम है ये। भावें मौके दे अज एक मैं डीसी का बयान पढ़िया, सरकार वालों तो हले नहीं आया, सरकार भी करदे चंगी गल है कि जिन्ने भी सुविधा सेंटर ज सेवा केंद्र ज जिथे जिथे बैठे है वो एक डीसी ने किया कि उत्थे सारे मुफ्त जिहड़े आ मैं अपलाई करवावांगा, पर बेनती है कि सानू पड़तालना पएगा कि जे 2.75 करोड़ आबादी है तो उहदे चों पासपोर्ट किन्नियां कोल है, ਉਹ ਅਪਲਾਈ ਕਰਨਗੇ ਫਿਰ ਉਹਨਾਂ ਦਾ ਬੜਾ ਹੀ ਲੰਮੀ ਇੱਕ ਕਹਿੰਦੇ ਜੀ ਗੱਲ ਪੂਰੀ ਕਰ ਲੈਂਦੇ ਵਿੱਚ ਕਾਲੀ ਨਾ ਕਰੋ, ਬੜੀ ਸੰਜੀਦਾ ਜਿਹਾ ਮੁੱਦਾ ਆਪਾਂ ਕਾਲੀ ਨਾ ਕਰੀਏ। ਮੈਂ ਤੁਹਾਡੀ ਗੱਲ ਸੁਣ ਰਿਹਾ, ਮੇਰੀ ਇਹ ਬੇਨਤੀ ਹੈ ਕਿ ਉਹ ਮੁੜ ਕੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ, ਮੰਨ ਲਓ ਕਿਸੇ ਤੇ 57 ਹੋਈ ਹੈ, ਕੱਲ੍ਹ ਨੂੰ ਥਾਣੇਦਾਰ ਕਹਿ ਦੂਗਾ ਮੈਂ ਤਾਂ ਤੇਰੀ ਰਿਜੈਕਟ ਕਰਦਾ ਨਹੀਂ ਤਾਂ ਕੋਈ 2 ਰੁਪਈਏ ਦੇ ਜਾਂ ਕੋਈ ਸਿਫਾਰਸ਼ ਲਵਾ। ਇਹ ਬੜਾ ਇੰਨਾ ਇੱਕ ਚਾਹੀਦਾ ਇਹ ਸੀ ਕਿ ਜਿਹੜੀ ਆਈਡੈਂਟੀਫਿਕੇਸ਼ਨ ਲਈ ਭਾਵੇਂ ਉਹ ਵੋਟਰ ਕਾਰਡ ਹੈ, ਭਾਵੇਂ ਆਧਾਰ ਕਾਰਡ ਹੈ, ਭਾਵੇਂ ਡਰਾਈਵਿੰਗ ਲਾਇਸੈਂਸ ਹੈ ਜਾਂ ਕੋਈ ਹੋਰ ਜਿਹੜਾ ਪੈਨ ਕਾਰਡ ਵਗੈਰਾ, ਇਹਨਾਂ ਨੂੰ ਲਿਜਾਂਦੇ ਤੇ 3 ਘੰਟਿਆਂ 'ਚ ਬੰਦਿਆਂ ਨੇ ਵਾਪਸ ਆ ਜਾਣਾ ਸੀ। ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਉਸ ਗੱਲ ਦਾ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮੱਸਿਆ ਆਊਗੀ ਔਰ ਹੋ ਸਕਦਾ ਕਿ ਇਸ ਗੱਲ ਨਾਲ ਜਿਹੜੀ ਹੈ ਤੁਸੀਂ ਬੜੇ ਤਰੀਕੇ ਨਾਲ ਸਾਰੀਆਂ ਗੱਲਾਂ ਕਵਰ ਕਰ ਲਈਆਂ। ਤੁਸੀਂ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਬਚਾਇਆ ਜਾਂ ਕੇਂਦਰ ਸਰਕਾਰ ਨੂੰ ਬਚਾਇਆ ਜਾਂ ਜਾਖੜ ਸਾਹਿਬ ਦੇ ਬਿਆਨ ਨੂੰ ਪਾਸੇ ਕਰਤਾ? ਮੈਂ ਇੱਕ ਬੇਨਤੀ ਕਰਦਾ, ਮੈਂ ਕਿਸੇ ਨੂੰ ਨਹੀਂ ਬਚਾਇਆ, ਮੈਂ ਇੱਕ ਬੇਨਤੀ ਕੀਤੀ ਹੈ ਕਿ ਸਾਡਾ ਕੱਲ੍ਹ ਦੀ ਤਰੀਕ ਤੋਂ ਕੱਲ੍ਹ ਤੋਂ ਲਾ ਕੇ 13 ਤਰੀਕ ਤੱਕ ਇੱਕ ਬੜਾ ਸੰਜੀਦਾ ਮੈਂ ਕਹੂੰਗਾ ਇਹ 13 ਦਿਨ ਹੈਗੇ ਆ ਗੁਰੂ ਮਹਾਰਾਜ ਦੇ। ਕਿਰਪਾ ਕਰਕੇ ਆਪਾਂ ਹਰ ਗੱਲ ਨੂੰ ਲੜਾਈ ਵਾਲੇ ਪਾਸੇ ਨੂੰ ਨਾ ਲੈ ਜਾਈਏ, ਨਾ ਤੇ ਕੈਪਟਨ ਸਾਹਿਬ ਨੇ ਟਰੱਕ ਭਰ ਕੇ ਉੱਥੇ ਕੋਈ ਰੋੜਿਆਂ ਦਾ ਲਾ ਦੇਣਾ ਸੀ ਜੇ ਕੋਈ ਕਮੀ ਪੇਸ਼ੀ ਰਹੀ। ਹੁਣ ਤਾਂ ਕਹਿ ਰਹੇ ਸੀ ਟਿੱਪਰ ਰੁਕੇ ਹੋਏ ਸੀਗੇ, ਕੈਪਟਨ ਸਾਹਿਬ ਰੁਕੇ ਸੀਗੇ, ਉਹਦੇ ਕਾਰਨ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੈ, ਇਸ ਕਰਕੇ ਉਹਨਾਂ ਨੇ ਆਪ ਹੀ ਗੱਲ ਜਿਹੜੀ ਸਰਕਾਰ ਨੇ ਰੋਕੇ ਸੀ, ਨਹੀਂ ਤਾਂ ਜੇ ਕੇਂਦਰ ਵਾਲੀ ਗੱਲ ਜਿਹੜੀ ਜਾਖੜ ਸਾਹਿਬ ਨੇ ਕੀਤੀ ਹੈ ਜੇ ਕੋਈ ਉਹੋ ਜੀ ਗੱਲ ਹੁੰਦੀ ਤਾਂ ਮੁੱਖ ਮੰਤਰੀ ਸਾਹਿਬ ਉਦੋਂ ਵੱਧ ਠੋਕਦੇ। ਇਸ ਕਰਕੇ ਮੈਂ ਬੇਨਤੀ ਇਸ ਗੱਲ ਦੀ ਕਰਦੇ ਹਾਂ ਕਿ ਹੁਣ ਸਾਨੂੰ ਜ਼ਰੂਰੀ ਨਹੀਂ ਵੀ ਆਪਾਂ ਵਾਲ ਦੀ ਖੱਲ ਜਿਹੜੀ ਆ ਕੁਰੇਦੀ ਜਾਣੀ ਆ। ਰਵਿੰਦਰ ਸਿੰਘ, ਮੀਡੀਆ ਬਾਤ ਦਾ ਪਤੰਗੜ ਬਣਾ ਰਿਹਾ, ਤੁਸੀਂ ਉਹਦੇ ਵਿੱਚ ਸ਼ਾਮਲ? ਬਾਤ ਤੇ ਪਤੰਗੜ ਵਾਲੀ ਗੱਲ ਨਹੀਂ ਹੈਗੀ ਕੇਪੀ ਜੀ, ਸਭ ਤੋਂ ਵੱਡੀ ਗੱਲ ਠੀਕ ਹੈ ਪ੍ਰੋਸੀਜਰਲ ਲੈਪਸਿਸ ਹੈਗੇ ਆ, ਐਡੇ ਵੱਡੇ ਨੂੰ ਪ੍ਰੋਜੈਕਟ ਨੂੰ ਇੱਕ ਦਿਨ ਦੇ ਵਿੱਚ ਕਰਨਾ ਜਾਂ 10-15 ਦਿਨ ਜਾਂ 20 ਦਿਨ ਦੀ ਦੇਰੀ ਹੋਣਾ, ਇਟਸ ਨੋਟ ਅ ਬਿਗ ਡੀਲ। ਪਰ ਜਿਹੜਾ ਸਾਡਾ ਕੰਸਰਨ ਹੈ, ਵੱਡਾ ਜਿਹੜੀ ਗੱਲ ਹੈਗੀ ਹੈ ਕਿ ਗੁਰੂ ਨਾਨਕ ਦਾ ਜਿਹੜਾ ਸੰਦੇਸ਼ ਹੈ ਕਿ ਸੱਭੇ ਸਾਂਝੀ ਵਾਲ ਸਦਾਈ ਕੋਈ ਨਾ ਦਿਸੇ ਬਾਹਰਾ ਜੀਓ, ਅਤੇ ਜਦ ਉਸ ਸੰਦੇਸ਼ ਨੂੰ ਲੈ ਕੇ ਸਾਡੇ ਆਪਣੇ ਘਰ ਦੇ ਵਿੱਚ 2 ਫਾੜ ਹੋਏ ਹੋਏ ਨੇ, ਇਹ ਵੱਡਾ ਕੰਸਰਨ ਹੈ। ਤੁਸੀਂ ਗੌਰਮੈਂਟ ਕੁਛ ਹੋਰ ਕਹਿ ਰਹੀ ਹੈ, SGPC ਕਿਸੇ ਹੋਰ, ਗੁਰੂ ਨਾਨਕ ਸਿਰਫ ਈਵੈਂਟ ਕਰਕੇ ਆਪਣੀ ਰਾਜਨੀਤੀ ਕਰਨ ਦੀ ਗੱਲ ਹੈ ਜਾਂ ਗੁਰੂ ਨਾਨਕ ਦਾ ਜਿਹੜਾ ਸੰਦੇਸ਼ ਹੈ ਵਿਸ਼ਵ ਸ਼ਾਂਤੀ ਦਾ ਸੰਦੇਸ਼ ਹੈ ਜਿਹਦੀ ਲੋੜ ਪੂਰੇ ਵਰਲਡ ਨੂੰ ਹੈ, ਜਿਸ ਚੀਜ਼ ਦੀ ਲੋੜ ਪੂਰੀ ਧਰਤੀ
ਧਰਤੀ ਨੂੰ ਹੈ ਇੰਨੇ ਕੁ ਅਸੀਂ ਨਿਊਕਲੀਅਰ ਤੁਸੀਂ ਮੰਨਦੇ ਪਿਓ ਅਸੀਂ ਅਸੀਂ ਸਾਂਝੀਵਾਲ ਦਾ ਫਲਸਫਾ ਤੁਸੀਂ ਮੰਨਦੇ ਪਿਓ ਮੈਂ ਤੁਹਾਡੇ ਤੇ ਸਾਡੇ ਤੋਂ ਵੱਧ ਮੰਨੂਗਾ ਕੌਣ ਸਾਂਝੀਵਾਲ ਦਾ ਸਟੇਜ ਤੇ ਸ਼ਿਰਕਤ ਕਰਨੀ ਹੈ ਮੈਂ ਕਹਿੰਦਾ ਵੀ ਅਸੀਂ ਮਸਲਾ ਸਟੇਜ ਦਾ ਤੁਸੀਂ ਸਟੇਜ ਤੇ ਲਿਆ ਆਏ ਹੋ ਸਾਰੀ ਡਿਬੇਟ ਮੈਂ ਕਹਿੰਦਾ ਜੀ ਅਸੀਂ ਤਾਂ ਕਿਹੜੀ ਨਹੀਂ ਸਾਨੂੰ ਤਾਂ ਐਸਜੀਪੀਸੀ ਚ ਜਾਣਗੇ ਅਸੀਂ ਉੱਥੇ ਚਲੇ ਜਾਵਾਂਗੇ ਸਾਨੂੰ ਗਵਰਨਮੈਂਟ ਕਹੂਗੀ ਅਸੀਂ ਉੱਥੇ ਚਲੇ ਜਾਵਾਂਗੇ ਮਸਲਾ ਤਾਂ ਇਹ ਹੈ ਵੀ ਜਿਹੜੀ ਗੁਰੂ ਨਾਨਕ ਦੀ ਧਰਤੀ ਹੈ ਜਿਹੜਾ ਪੂਰੇ ਵਰਲਡ ਨੂੰ ਸਰਵ ਸਾਂਝੀਵਾਲਤਾ ਦਾ ਸੰਦੇਸ਼ ਦੇ ਰਿਹਾ ਉਹ ਆਪਣੇ ਘਰ ਦੇ ਵਿੱਚ ਸਿਰਫ ਰਾਜਨੀਤੀ ਕਰ ਰਹੇ ਨੇ ਠੀਕ ਮੈਂ ਬ੍ਰੇਕ ਚਾਹੁੰਦਾ ਕਿ ਅਸੀਂ ਨਰਵਿੰਦਰ ਸਿੰਘ ਵਾਪਸ ਆਉਂਗਾ ਇੱਕ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਕਰਤਾਰਪੁਰ ਲਾਂਘੇ ਵਿੱਚ ਕੀ ਕੁਝ ਬਾਕੀ ਹੈਗਾ ਸਵਾਲ ਤਾਂ ਪੁੱਛਣੇ ਪੈਣਗੇ ਸਵਾਲ ਪੁੱਛਣੇ ਬੰਦ ਕਰਤੇ ਤਾਂ ਫਿਰ ਸ਼ਾਇਦ ਆ ਜਿਹੜੀਆਂ ਚੀਜ਼ਾਂ ਉਹ ਠੀਕ ਨਹੀਂ ਹੋਣਗੀਆਂ ਜੇ ਸਵਾਲ ਨਹੀਂ ਪੁੱਛਾਂਗੇ ਤਾਂ ਪਤਾ ਨਹੀਂ ਲੱਗੇਗਾ ਅਧੂਰਾ ਕੀ ਕੁਛ ਹੈਗਾ ਅਤੇ ਅਧੂਰਾ ਛੱਡਿਆ ਕਿਉਂ ਜਾ ਰਿਹਾ ਹੈਗਾ ਬਹੁਤ ਸਾਰੀ ਸਿਆਸਤ ਹੈਗੀ ਆ ਟਿੱਪਰ ਜੇ ਰੋਕੇ ਗਏ ਹੈਗੇ ਆ ਤਾਂ ਕਿਵੇਂ ਰੁਕੇ ਹੈਗੇ ਆ ਮਾਈਨਿੰਗ ਦਾ ਮੁੱਦਾ ਉੱਠਿਆ ਕਿਉਂ ਹੈਗਾ ਕਿਉਂ ਇਹ ਸਾਰੇ ਸਵਾਲ ਉੱਠੇ ਹੈਗੇ ਆ ਜਿਹੜਾ ਗੁੰਡਾ ਟੈਕਸ ਦਾ ਹਵਾਲਾ ਦਿੱਤਾ ਜਾ ਰਿਹਾ ਕਿਉਂ ਇਹ ਸਵਾਲ ਆਏ ਆ ਬਹੁਤ ਸਾਰੇ ਇਹੋ ਜਿਹੇ ਸਵਾਲ ਆ ਬ੍ਰੇਕ ਤੋਂ ਵਾਪਸ ਆ ਕੇ ਪੁੱਛੂੰਗਾ ਜ਼ਰੂਰ ਇਹ ਸਵਾਲ ਇੱਕ ਪੁੱਛ ਰਿਹਾ ਕਰਤਾਰਪੁਰ ਲਾਂਘੇ 'ਚ ਸਿਆਸਤ ਆਖਰ ਚਾਹੁੰਦੀ ਕੀ ਹੈ ਸਤਿੰਦਰ ਸਿੰਘ ਬੈਂਸ ਸਵਾਲ ਇਸ ਮੌਕੇ 'ਤੇ ਬੰਦ ਕਰ ਦਈਏ ਪੁੱਛਣੇ ਨਹੀਂ ਨਹੀਂ ਸਵਾਲ ਪੁੱਛਣੇ ਚਾਹੀਦੇ ਆ ਕਿਉਂਕਿ ਲੋਕ ਸਵਾਲ ਪੁੱਛਦੇ ਆ ਅਤੇ ਤੁਹਾਨੂੰ ਪੁੱਛਣੇ ਪੈਣਗੇ ਇਹਨਾਂ ਦੇ ਕੈਬਨਿਟ ਮੰਤਰੀ ਕਹਿੰਦੇ ਆ 31 ਅਕਤੂਬਰ ਤੀਕਰ ਸਾਰਾ ਕੁਛ ਮੁਕੰਮਲ ਹੋ ਜਾਏਗਾ ਡੈਡਲਾਈਨ ਖਤਮ ਹੋ ਚੁੱਕੀ ਹੈ ਹੁਣ ਕੈਪਟਨ ਸਾਹਿਬ ਉੱਥੇ ਜਾਂਦੇ ਆ ਕਹਿੰਦੇ 9 ਦਿਨਾਂ 'ਚ ਕੰਮ ਮੁਕੰਮਲ ਹੋ ਜੂਗਾ ਪ੍ਰਧਾਨ ਸਾਹਿਬ ਪੰਜਾਬ ਕਾਂਗਰਸ ਦੇ ਪ੍ਰਧਾਨ ਇਹ ਕਹਿੰਦੇ ਹੈਗੇ ਆ ਕਿ ਅੜਚਣਾਂ ਪਈਆਂ ਕੀ ਆ ਹੁਣ ਮੰਨੀਆਂ ਕਹਿੰਦੀ ਦੇਖੋ ਇਹਦੇ ਵਿੱਚ ਦੋ ਚੀਜ਼ਾਂ ਨੇ ਆਪਾਂ ਕਹਿਣ ਨੂੰ ਤਾਂ ਕਹਿ ਸਕਦੇ ਹਾਂ ਕਿ ਦੋਹਾਂ 'ਚ ਤਾਲਮੇਲ ਨਹੀਂ ਹੈ ਜਿਹੜੀ ਕੇਂਦਰ ਸਰਕਾਰ ਕਹਿ ਲਓ ਪੰਜਾਬ ਸਰਕਾਰ ਕਹਿ ਲਓ ਕਿਉਂਕਿ ਕੰਮ ਬਹੁਤੇ ਕੰਮ ਇੱਦਾਂ ਦੇ ਹੈਗੇ ਜਿਹਦੇ 'ਚ ਫੰਡਿੰਗ ਜਿਹੜੀ ਹੈ ਸੈਂਟਰ ਦੀ ਆ ਕੁਛ ਪੰਜਾਬ ਗੌਰਮੈਂਟ ਵੀ ਐਕਸੀਕਿਊਟ ਕਰ ਰਹੀ ਹੈ ਔਰ ਕੁਛ ਜਿਹੜੀ ਹੈ ਸੈਂਟਰਲ PWD ਆ ਉਹ ਡਾਇਰੈਕਟਲੀ ਕਰ ਰਹੀ ਹੈ ਸੋ ਉਹਦੇ ਤਾਲਮੇਲ ਜਿਹੜੇ ਨਹੀਂ ਹੈਗਾ ਉਹਦੇ ਪਿੱਛੇ ਇਹ ਨਹੀਂ ਕਿ ਤਾਲਮੇਲ ਨਹੀਂ ਹੈਗਾ ਤਾਲਮੇਲ ਦੇ ਪਿੱਛੇ ਹੈਗੀ ਰਾਜਨੀਤੀ ਰਾਜਨੀਤੀ ਹੋਣ ਕਰਕੇ ਪੋਲੀਟਿਕਸ ਹੋ ਰਹੀ ਹੈ ਕ੍ਰੈਡਿਟ ਲੈਣ ਦੀ ਹਾਂ ਦੋਨੋਂ ਪਾਰਟੀਆਂ ਅਕਾਲੀ ਦਲ ਹੈ ਭਾਵੇਂ ਉਹ ਕਾਂਗਰਸ ਹੈ ਉਹ ਕ੍ਰੈਡਿਟ ਲੈਣ ਦੇ ਵਾਸਤੇ ਇਹ ਸਾਰਾ ਕੁਛ ਕਰ ਰਹੀਆਂ ਨੇ ਤੁਸੀਂ ਸ਼ੁਰੂ ਤੋਂ ਦੇਖਿਆ ਹੋਣਾ ਇੱਕ ਅੱਜ ਨਹੀਂ ਸ਼ੁਰੂ ਹੋਇਆ ਹੁਣ ਤਾਂ ਜਦੋਂ ਨੇੜੇ ਆ ਗਿਆ ਹੋਰ ਥੋੜ੍ਹੇ ਜ਼ਿਆਦਾ ਗਰਮ ਆਉਣ ਲੱਗ ਗਏ ਪਹਿਲਾਂ ਤੋਂ ਹੀ ਹੈਗਾ ਕਿ ਸਾਂਝੀ ਸਟੇਜ ਲਾਉਣੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਮਿਲੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਮਿਲੇ ਸੁਖਜਿੰਦਰ ਸਿੰਘ ਰੰਧਾਵਾ ਮਿਲੇ ਚੰਨੀ ਸਾਹਿਬ ਮਿਲੇ ਉਹ ਤੋਂ ਬਾਅਦ ਅਪੀਲ ਵੀ ਜਿਹੜੀ ਕੀਤੀ ਹੈ ਉਹਨਾਂ ਨੇ ਹੁਕਮਨਾਮਾ ਵੀ ਕੀਤਾ ਹੈ ਅਕਾਲ ਤਖਤ ਜਥੇਦਾਰ ਨੇ ਉਹਦਾ ਵੀ ਕੋਈ ਅਸਰ ਨਹੀਂ ਕਿਸੇ ਨੇ ਮੰਨਿਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਦੋਹੇ ਪਾਸਿਆਂ ਤੋਂ ਕ੍ਰੈਡਿਟ ਲੈਣ ਦੀ ਹੋੜ ਲੱਗੀ ਹੋਈ ਹੈ ਜਿਵੇਂ ਜੱਥਾ ਵੀ ਜਾਣਾ ਸੀਗਾ ਉਹਦੇ 'ਚ ਕੈਪਟਨ ਅਮਰਿੰਦਰ ਸਿੰਘ ਨੇ ਅਗਵਾਈ ਕਰਨੀ ਸੀਗੀ ਉਹਦੇ 'ਚ ਤੁਸੀਂ ਦੇਖੋ ਪ੍ਰਤਾਪ ਸਿੰਘ ਬਾਜਵਾ ਦੀ ਵੀ ਆਪਣੀ ਪੋਲੀਟਿਕਸ ਹੈ ਕਿ ਜੇ ਅਮਰਿੰਦਰ ਸਿੰਘ ਅਗਵਾਈ ਕਰੇਗਾ ਤਾਂ ਮੈਂ ਨਹੀਂ ਜਾਣਾ ਹਰਸਿਮਰਤ ਕੌਰ ਬਾਦਲ ਕਹੀ ਜਾਂਦੀ ਹੈ ਜਿਹੜੇ ਉਪ ਰਾਸ਼ਟਰਪਤੀ ਕਰਨਗੇ ਸੋ ਇਹ ਸਾਰੀ ਪੋਲੀਟਿਕਸ ਹੁਣ ਅੱਗੇ ਇੱਕ ਹੋਰ ਹੀ ਬਿਆਨ ਆ ਗਿਆ ਕਾਂਗਰਸੀ ਐਮਐਲਏ ਦਾ ਨਵੇਂ ਜਿਹੜੇ ਸਿਆਸੀ ਸਲਾਹਕਾਰ ਬਣੇ ਉਹਨਾਂ ਦੇ ਬਿਆਨ ਦਾ ਵੀ ਜ਼ਿਕਰ ਕਰੂੰਗਾ ਕਦੇ ਹਾਂ ਤੇ ਉਹ ਜਿਹੜੀ ਨਾ ਆਪਸ ਦੇ ਵਿੱਚ ਜਿਹੜੀ ਕ੍ਰੈਡਿਟ ਲੈਣ ਦੀ ਦੌੜ ਹੈ ਉਹਦੇ ਕਰਕੇ ਪ੍ਰੋਜੈਕਟ ਵੀ ਡਿਲੇ ਹੋ ਰਿਹਾ ਉਹਦੇ ਕਰਕੇ ਕਿਤੇ ਨਾ ਕਿਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਦੂਜੇ ਨੂੰ ਲੈਟ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਤਾਂ ਆਪਣੇ ਵੱਲੋਂ ਪੂਰੇ ਕਰ ਰਹੇ ਸੀਗੇ ਸੈਂਟਰ ਗੌਰਮੈਂਟ ਜਿਹੜੀ ਆ ਉਹਦੀ ਵੀ ਕੋਈ ਜਿਹੜੀ ਹੈ ਮਨਸ਼ਾ ਠੀਕ ਨਹੀਂ ਸੀਗੀ ਜਿਵੇਂ ਜਾਖੜ ਸਾਹਿਬ ਨੇ ਕਿਹਾ ਉਹਨਾਂ ਦੀ ਮਨਸ਼ਾ ਠੀਕ ਨਹੀਂ ਸੀ ਲੱਗਦੀ ਅੱਜ ਸੁਖਜਿੰਦਰ ਸਿੰਘ ਰੰਧਾਵੇ ਨੇ ਪ੍ਰਧਾਨ ਮੰਤਰੀ ਨੂੰ ਇੱਕ ਲੈਟਰ ਵੀ ਲਿਖੀ ਹੈ ਕਿ ਉਹ ਜਿਹੜਾ ਸਾਂਝੀ ਸਟੇਜ ਲਾਉਣੀ ਸੀਗੀ ਉਹਦੇ ਪਿੱਛੇ ਦਖਲਅੰਦਾਜ਼ੀ ਕਰੇ ਸੈਂਟਰ ਗੌਰਮੈਂਟ ਆ ਕੇ ਪ੍ਰਾਈਮ ਮਿਨਿਸਟਰ ਦਖਲਅੰਦਾਜ਼ੀ ਕਰੇ ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਕਹਿ ਰਹੇ ਆ ਕਿ ਸੈਂਟਰ ਜਾਣ ਬੁੱਝ ਕੇ ਜਿਹੜਾ ਆ ਉਹ ਅੜਕੇ ਡਾ ਰਿਹਾ ਸਾਂਝਾ ਪ੍ਰੋਗਰਾਮ ਨਹੀਂ ਹੋਣ ਦੇ ਰਿਹਾ ਇਹ ਕਿੰਨਾ ਕੁਛ ਹੋ ਰਿਹਾ ਸਾਰੀ ਪੋਲੀਟਿਕਸ ਹੈਗੀ ਹੈ ਕੋਈ ਨਹੀਂ ਕਿ ਗੁਰੂ ਨਾਨਕ ਦੇਵ ਜੀ ਦੀ ਕੋਈ ਪ੍ਰਕਾਸ਼ ਉਤਸਵ ਅਤੇ ਸ਼ਰਧਾਂਜਲੀ ਭੇਟ ਕਰ ਰਹੇ ਨੇ ਇਹ ਲੋਕ ਜਿਹੜੇ ਆਪਣੇ ਕ੍ਰੈਡਿਟ ਵਾਰ ਦੇ ਵਿੱਚ ਉਲਝੇ ਹੋਏ ਆ ਉਹਦੇ ਕਰਕੇ ਪ੍ਰੋਜੈਕਟ ਵੀ ਲੇਟ ਹੋ ਰਿਹਾ ਹੋਰ ਕੋਈ ਕਾਰਨ ਨਹੀਂ ਹੈਗਾ ਬਾਕੀ ਇਹਨਾਂ ਨੇ ਗੱਲ ਕੀਤੀ ਸੀਗੀ ਜਿਵੇਂ ਉੱਥੇ ਗੁੰਡਾ ਟੈਕਸ ਵਗੈਰਾ ਉਹ ਗੁੰਡਾ ਟੈਕਸ ਜਿਹੜਾ ਪੰਜਾਬ ਦੇ ਵਿੱਚ ਮੈਂ ਨਹੀਂ ਹੁਣ ਕਹਿੰਦਾ ਕਦੋਂ ਸ਼ੁਰੂ ਹੋਇਆ ਪਿਛਲੀ ਸਰਕਾਰ 'ਚ ਸ਼ੁਰੂ ਹੋ ਗਿਆ ਸੀਗਾ ਔਰ ਮੰਦਭਾਗੀ ਗੱਲ ਇਹ ਹੈ ਕਿ ਜੋ ਪਿਛਲੀ ਸਰਕਾਰ 'ਚ ਕੁਕਰਮ ਹੁੰਦੇ ਰਹੇ ਆ ਉਹ ਇਸ ਸਰਕਾਰ ਦੇ ਵਿੱਚ ਉਹਦੇ ਨਾਲ ਦੂਣੇ ਚੌਣੇ ਹੋ ਰਿਹਾ ਸਹੀ ਗੱਲ ਹੈ ਗੁੰਡਾ ਟੈਕਸ ਜਿਹੜਾ ਆ ਦੇਖੋ ਬਠਿੰਡਾ ਥਰਮਲ ਪਲਾਂਟ ਦੇ ਉੱਤੇ ਸੋਰੀ ਬਠਿੰਡਾ ਦੀ ਰਿਫਾਈਨਰੀ ਹੈ ਉੱਥੇ ਗੁੰਡਾ ਟੈਕਸ ਲੱਗਿਆ ਉੱਥੇ ਇੱਕ ਕੈਬਨਿਟ ਮੰਤਰੀ ਹੈ ਜਿਹੜਾ ਹੁਣ ਸਰਕਾਰ ਦੇ ਵਿੱਚ ਉਹਦੇ ਕਿਸੇ ਰਿਸ਼ਤੇਦਾਰ ਨੂੰ ਉੱਥੇ ਇਕੱਠਾ ਕਰ ਰਿਹਾ ਸੀਗਾ ਉਹਦੀਆਂ ਕਿੰਨੀਆਂ ਖਬਰਾਂ ਲੱਗੀਆਂ ਹੁਣ ਡੇਰਾ ਬਾਬਾ ਨਾਨਕ ਵਰਗੀ ਪਵਿੱਤਰ ਜਗ੍ਹਾ ਦੇ ਉੱਤੇ ਗੁੰਡਾ ਟੈਕਸ ਦੀ ਜਿਹੜੀ ਖਬਰਾਂ ਲੱਗੀਆਂ ਅਖਬਾਰਾਂ 'ਚ ਲੱਗੀਆਂ ਔਰ ਸਰਕਾਰ ਨੂੰ ਪਤਾ ਨਹੀਂ ਇਸ ਗੱਲ ਦਾ ਉਹ ਜਿਹੜੀ ਇਲੀਗਲ ਮਾਈਨਿੰਗ ਹੈ ਉਹ ਸਾਰੀ ਉੱਥੇ ਹੋ ਰਹੀ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਇਹਨਾਂ ਚੀਜ਼ਾਂ ਕਰਕੇ ਪ੍ਰੋਜੈਕਟ ਲੇਟ ਹੋਇਆ ਬਾਬਾ ਨਾਨਕ ਇਹਨਾਂ ਤੋਂ ਜਵਾਬ ਮੰਗੂਗਾ ਕਿ ਬਾਈ ਤੁਸੀਂ ਦੱਸੋ ਵੀ ਤੁਸੀਂ ਮੇਰੇ ਪ੍ਰਕਾਸ਼ ਉਸੇ ਵੀ ਜਿਹੜੀ ਇੰਨੀ ਜਿਹੜੀ ਪੋਲੀਟਿਕਸ ਕੀਤੀ ਆ ਇਹਦਾ ਇਹਨਾਂ ਨੂੰ ਜਵਾਬ ਅੱਜ ਨਹੀਂ ਕੱਲ੍ਹ ਦੇਣਾ ਪਊਗਾ ਪਬਲਿਕ ਨੂੰ ਸੰਜੀਵ ਬਰਾੜ ਇਹਦਾ ਮਤਲਬ ਲਾਂਘੇ ਦੇ ਕੰਮ 'ਚ ਵੀ ਮਾਫੀਆ ਅੱਗੇ ਆ ਗਿਆ ਦੇਖੋ ਚਲੋ ਉਹ ਜਿੰਨੇ ਦਿਨ 20-21 ਦਿਨ ਰੌਲਾ ਪਿਆ ਰੌਲਾ ਪੈਣ ਤੋਂ ਬਾਅਦ ਤੁਹਾਡੇ ਮੀਡੀਆ ਦੇ ਰਾਹੀਂ ਗੱਲ ਮੁੱਖ ਮੰਤਰੀ ਸਾਹਿਬ ਤੀਕਰ ਪਹੁੰਚੀ ਸ਼ਾਇਦ ਉਹਦੇ 'ਚ
ਸੈਂਟਰ ਦੀ ਜਿਹੜੀ ਸਾਡੇ ਜਿੰਨੀਆਂ ਵੀ ਕਮੇਟੀ ਬਣੀ ਆ ਉਹਨੇ ਫੈਸਲਾ ਕਰਨਾ ਹੈਗਾ। ਔਰ ਮੈਂ ਤਾਂ ਇੱਕ ਬੇਨਤੀ ਕਰੂੰਗਾ ਕਿ ਇਹਨਾਂ ਗੱਲਾਂ ਦੇ ਵਿੱਚ ਕੌਣ ਅਗਵਾਈ ਕਰੂਗਾ ਕੌਣ ਨਹੀਂ ਕਰੂਗਾ ਇਹ ਇਹਨਾਂ 'ਚ ਪੈਣਾ ਨਹੀਂ ਚਾਹੀਦਾ। ਜਦੋਂ ਸਾਰੀਆਂ ਪਾਰਟੀਆਂ ਸਾਰੇ ਧਰਮ ਸਾਰੇ ਜਿਹੜੇ ਹੈਗੇ ਆ ਲੀਡਰ ਜਿਹੜੇ ਆ ਜਾਂ ਧਾਰਮਿਕ ਸ਼ਖਸੀਅਤਾਂ ਸਾਰੀਆਂ ਇਕੱਠੀਆਂ ਜਾ ਰਹੀਆਂ ਤਾਂ ਇਸ ਗੱਲ ਦੇ ਵਿੱਚ ਸਾਰੇ ਹੀ ਜਿਹੜੀ ਅਗਵਾਈ ਮੈਂ ਤਾਂ ਕਹੂੰਗਾ ਕਿ ਬਾਬਾ ਨਾਨਕ ਕਰ ਰਿਹਾ, ਨਹੀਂ ਤਾਂ 72-73 ਸਾਲਾਂ ਦਾ ਜਿਸ ਕਿਸਮ ਦਾ ਲਾਂਘਾ ਬੰਦ ਹੋਇਆ ਸੀ ਕਦੇ ਕੁਛ ਸੋਚਿਆ ਨਹੀਂ ਜਾ ਸਕਦਾ ਸੀ ਇਕੱਲੀ ਦੂਰਬੀਨ ਨਾਲ। ਅੱਜ ਟੀਵੀ ਤੇ ਅਕਾਲੀ ਦਲ ਬਦਲਿਆ ਬਦਲਿਆ ਨਜ਼ਰ ਆ ਰਿਹਾ, ਕੈਮਰੇ ਅੱਗੇ ਅਕਾਲੀ ਦਲ ਕੁਛ ਹੋਰ ਹੈ ਤੇ ਸਿਆਸਤ ਕੁਛ ਹੋਰ ਹੈ। ਮੈਂ ਕੇਬੀ ਜੀ ਇੱਕ ਹੋਰ ਬੇਨਤੀ ਕਰਾਂ, ਮੈਂ ਤਾਂ ਤੁਹਾਨੂੰ ਵਧਾਈ ਦੇ ਰਿਹਾ, ਮੈਂ ਪਹਿਲੀ ਵਾਰੀ ਵਧਾਈ ਦੇ ਰਿਹਾ ਤੁਹਾਨੂੰ ਤਾਂ ਮੈਂ ਪਹਿਲੀ ਵਾਰੀ ਮੈਂ ਤੁਹਾਡੇ ਇੱਕ ਹੋਰ ਬੇਨਤੀ ਕਰੂੰਗਾ, ਘੱਟੋ ਘੱਟ ਜਿਹੜੇ ਲਾਸਟ ਵਾਲੇ 3-4 ਦਿਨ ਹੈ ਨਾ ਕੋਈ MLA ਕੋਈ ਮੰਤਰੀ ਕੋਈ ਪੋਲੀਟੀਕਲ ਲੀਡਰ ਕੋਈ ਬਿਆਨ ਦੇਈ ਜਾਵੇ, ਮੈਂ ਤਾਂ ਇੱਕ ਤੁਹਾਨੂੰ ਬੇਨਤੀ ਕਰੂੰਗਾ ਕਿਰਪਾ ਕਰਕੇ ਇਕੱਲੇ ਕੀਰਤਨ ਇਕੱਲੇ ਲੰਗਰ ਇਕੱਲੇ ਸੰਗਤਾਂ ਤੇ ਸਾਰਾ ਕੁਛ ਜਿਹੜਾ ਹੈਗਾ ਇਹ ਧਾਰਮਿਕ ਹੀ ਦਿਖਾਈ ਚੱਲਿਓ ਤੇ ਆਪੇ ਜੇ ਕੋਈ ਬੋਲ ਮੈਂ ਤੁਹਾਡੀ ਗੱਲ ਮੰਨ ਲੈਣਾ, ਇਸ ਕਰਕੇ ਮੈਂ ਤੁਹਾਡੀ ਗੱਲ ਮੰਨ ਲੈਣਾ ਬਰਾੜ ਸਾਹਿਬ, ਬਿਲਕੁਲ ਠੀਕ ਹੈ, ਬਹੁਤ ਵਧੀਆ, ਮੈਂ ਸਾਰਿਆਂ ਨੂੰ ਬੇਨਤੀ ਬਹੁਤ ਵਧੀਆ ਗੱਲ ਕੀਤੀ ਤੁਸੀਂ, ਮੈਂ ਤੁਹਾਡੀ ਗੱਲ ਮੰਨਦਾ ਕਿਸੇ ਵੀ ਤੁਸੀਂ ਆਪਦੇ ਪੋਲੀਟੀਕਲ ਲੀਡਰਸ ਨੂੰ ਵੀ ਕਹਿ ਦਿਓ ਵੀ ਕੋਈ ਇਹੋ ਜਿਹਾ ਬਿਆਨ ਨਾ ਦਿਓ ਕਿ ਮੀਡੀਆ ਨੂੰ ਦਿਖਾਉਣਾ ਪੈ ਜੇ। ਦੇਖੋ ਮੈਂ ਇਹ ਗੱਲ ਤੁਹਾਡੀ ਠੀਕ ਹੈ, ਅਸੀਂ ਪਾਰਟੀ ਦੇ ਵਿੱਚ ਗੱਲ ਕਰਾਂਗੇ, ਮੈਂ ਦਾਅਵੇ ਨਾਲ ਕਹਿਣਾ ਦਾਅਵੇ ਨਾਲ ਕਹਿਣਾ ਮੈਂ ਇਹ ਗੱਲ ਕਰੂੰਗਾ। ਚਲੋ ਇਹਨੇ ਔਰ ਮੈਂ ਇੱਕ ਬੇਨਤੀ ਇਸ ਗੱਲ ਦੀ ਕਰਦੇ ਹਾਂ, ਇਹ ਬੜਾ ਬੜਾ ਹੀ ਪਵਿੱਤਰ ਦਿਹਾੜੇ ਜਿਹੜੇ ਅਗਲੇ 13 ਦਿਨ ਆਉਣੇ ਆ, ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇੱਕ ਹੋਰ ਇੱਕ ਅਪੀਲ ਕੀਤੀ ਆ, ਉਹਨੂੰ ਹੁਕਮਨਾਮਾ ਨਹੀਂ ਕਹਿ ਸਕਦੇ ਕਿਉਂਕਿ ਹੁਕਮਨਾਮੇ ਤਾਂ ਹੋਰ ਤਾਂ ਕੱਲ੍ਹ ਉਹਨਾਂ ਨੇ ਅਪੀਲ ਕੀਤੀ ਆ ਕਿ 1 ਤਰੀਕ ਤੋਂ ਲਾ ਕੇ 13 ਤਰੀਕ ਤੀਕਰ 5 ਵਜੇ ਡੇਲੀ ਸ਼ਾਮ ਨੂੰ ਮੂਲ ਮੰਤਰ ਦਾ 10 ਮਿੰਟ ਪਾਠ ਕਰੋ, ਅਤੇ ਮੈਂ ਤੁਹਾਡੇ ਜ਼ਰੀਏ ਸਭ ਨੂੰ ਬੇਨਤੀ ਕਰੂੰਗਾ ਕਿ ਜਿੱਥੇ ਵੀ ਹੈਗੇ ਆ 10 ਮਿੰਟ ਗੱਡੀ 'ਚ ਜਾਂਦੇ ਹਾਂ ਤਾਂ 10 ਮਿੰਟ ਗੱਡੀ ਸਾਈਡ 'ਤੇ ਲਾ ਲਓ, ਜੇ ਕੋਈ ਕਾਰੋਬਾਰ ਕਰੀ ਜਾਂਦੇ ਉਹਨੂੰ ਕੰਮ ਨੂੰ ਛੱਡ ਦਿਓ, ਤਾਂ ਚੰਗੀ ਗੱਲ ਹੈ ਜਿੰਨਾ ਗੁਰੂ ਦਾ ਨਾਂ ਲਿਆ ਜਾਵੇ ਸ਼ਾਇਦ ਸਾਨੂੰ ਕਿਤੇ ਅਗਲੇ ਜਨਮ 'ਚ ਜਾਂ ਇਸ ਜਨਮ 'ਚ ਕਿਤੇ ਨਾ ਕਿਤੇ ਸਹਾਈ ਹੋਊਗਾ। ਚਲੋ ਇੱਕ ਇਹ ਚੰਗਾ ਸੁਨੇਹਾ ਹੈਗਾ ਦਰਸ਼ਕਾਂ ਨੂੰ, ਅਪੀਲ ਹੈਗੀ ਆ ਕਿ ਇਸ ਸੁਨੇਹੇ ਨੂੰ ਚੰਗੇ ਸੁਨੇਹੇ ਨੂੰ ਵੀ ਤੁਸੀਂ ਮੰਨੋ ਜ਼ਰੂਰ। ਸੁਦੇਸ਼ ਰੋਪੜ, ਬਹੁਤ ਅੱਛੀ ਗੱਲ ਕੀਤੀ ਚਰਨਜੀਤ ਬਰਾੜ ਨੇ ਕਿ ਸਾਨੂੰ ਇਹਨਾਂ ਮੌਕਿਆਂ 'ਤੇ ਸਿਆਸਤ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈਗਾ, ਇਹ ਗੱਲ ਸਿਰਫ ਸਟੂਡੀਓ ਤੱਕ ਸੀਮਤ ਨਾ ਰਹਿ ਜਾਵੇ, ਸੁਦੇਸ਼ ਰੋਪੜ ਜ਼ਮੀਨ 'ਤੇ ਉਤਰੇਗੀ, ਬਿਲਕੁਲ ਉਤਰਨੀ ਚਾਹੀਦੀ ਹੈ। ਮੈਂ ਬਰਾੜ ਸਾਹਿਬ ਦੀ ਇਸ ਗੱਲ ਨੂੰ ਦੀ ਸ਼ਲਾਘਾ ਕਰਦਾ, ਪਰ ਇਹ ਹੋਣੀ ਵੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ 13 ਦਿਨ ਹੈ ਤਾਂ ਬਾਬੇ ਨਾਨਕ ਦੇ ਨਾਂ 'ਤੇ ਹੀ ਹੋਣੇ ਚਾਹੀਦੇ ਆ, ਸਿਆਸਤ ਤਾਂ ਸਾਰਾ ਦਿਨ ਚੱਲੀ ਜਾਣੀ ਹੈ, ਅੱਗੇ ਹਰ ਇੱਕ ਇਸ਼ੂ 'ਤੇ ਚੱਲੀ ਜਾਂਦੀ ਹੈ, ਇਹ 'ਤੇ ਵੀ ਚੱਲੀ ਗਈ ਹੈ, ਬਟ ਹੁਣ ਜਿਹੜੇ ਅਖੀਰਲੇ 13 ਦਿਨ ਹੈ ਜੇ ਇਹ 'ਤੇ ਅਸੀਂ ਨਾ ਸਿਆਸਤ ਕਰੀਏ ਤਾਂ ਮੇਰੇ ਖਿਆਲ 'ਚ ਵਧੀਆ ਗੱਲ ਹੈ। ਔਰ ਮੈਂ ਖੁਦ ਇਹ ਵੀ ਅਸੀਂ ਵੀ ਆਪਣੀ ਪਾਰਟੀ 'ਚ ਅਪੀਲ ਕਰਾਂਗੇ ਵੀ ਇੱਦਾਂ ਦੀ ਕੋਈ ਗੱਲ ਨਾ ਕੀਤੀ ਜਾਵੇ, ਇੱਦਾਂ ਦਾ ਕੋਈ ਬਿਆਨ ਜਾਰੀ ਨਾ ਕੀਤਾ ਜਾਵੇ ਜਿਹਦੇ ਨਾਲ ਕਿ ਕੋਈ ਕੰਟਰੋਵਰਸੀ ਖੜੀ ਹੋਵੇ। ਜਾਖੜ ਸਾਹਿਬ ਨੂੰ ਕਹਿ ਸਕੋਗੇ ਤੁਸੀਂ? ਜਾਖੜ ਸਾਹਿਬ ਨੂੰ ਜੇ ਸੁਜੈਸ਼ਨ ਦੇਵੋਗੇ, ਜਾਖੜ ਸਾਹਿਬ ਨੂੰ ਦੇਵਾਂਗੇ, ਜਾਖੜ ਸਾਹਿਬ ਨੂੰ ਕਿਉਂ ਨਹੀਂ ਦੇ ਸਕਾਂਗੇ? ਰਵਿੰਦਰ ਸਿੰਘ, 6 ਤਰੀਕ ਨੂੰ ਇਜਲਾਸ ਹੈਗਾ, ਉਸ ਇੱਕ ਦਿਨ ਇਜਲਾਸ ਦੇ ਵਿੱਚ ਸਿਆਸਤ ਤੋਂ ਮੁਕਤੀ ਮਿਲੂਗੀ? ਮੈਂ ਕਈ ਵਾਰੀ ਸੋਚਦਾ ਜੇ ਤੁਸੀਂ ਗੁਰੂ ਨਾਨਕ ਨੂੰ ਪੜ੍ਹੋ ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਅੱਜ ਦੇ ਟਾਈਮ ਦੇ ਵਿੱਚ ਹੋ ਰਹੀਆਂ ਉਹ ਬੰਦਾ 550-550 ਸਾਲ ਪਹਿਲਾਂ ਕਹਿ ਗਿਆ। ਜਿਹੜੀ ਗੱਲ ਬਰਾੜ ਸਾਹਿਬ ਨੇ ਵੀ ਕਹੀ ਹੈ, ਰੋਪੜ ਜੀ ਨੇ ਵੀ ਕਹੀ ਹੈ ਕਿ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਤਾਂ ਜੋ ਅਸੀਂ ਉਰੇ ਬੈਠ ਕੇ ਕਰ ਰਹੇ ਹਾਂ, ਜੋ ਅਸੀਂ ਗੱਲਾਂ ਕਰਦੇ ਹਾਂ, ਜਾਂ ਹੋਰ ਜਿੰਨੇ ਵੀ ਵੱਡੇ ਲੀਡਰਸ ਹੈ ਜਾਂ ਪੋਲੀਟੀਕਲ ਆਦਮੀ ਹੈ ਜਿਹੜੀ ਗੱਲਾਂ ਕਰਦੇ ਹਾਂ, ਉਹ ਸਾਡੇ ਆਚਾਰ ਦੇ ਵਿੱਚ ਨਹੀਂ ਆ ਰਹੀ, ਪ੍ਰੋਬਲਮ ਕ੍ਰੀਏਟ ਹੀ ਤਾਂ ਹੋ ਰਹੀ ਹੈ। ਗੱਲਾਂ ਦੇ ਵਿੱਚ ਤਾਂ ਕੋਈ ਨਹੀਂ, ਸਟੇਜ ਲੀਡਰ ਕਹਿੰਦਾ ਸਟੇਜ ਦੇ ਉੱਪਰੋਂ ਵੀ ਮੈਂ ਚਿੱਟਾ ਵੀ ਵੇਚੂੰਗਾ ਜਾਂ ਮੈਂ ਫਲਾਣਾ ਕੰਮ ਵੀ ਕਰੂੰਗਾ ਜਾਂ ਮੈਂ ਗੁੰਡਾ ਟੈਕਸ ਵੀ ਲਾਊਂਗਾ, ਗੱਲਾਂ 'ਚ ਤਾਂ ਸਾਰੇ ਬਹੁਤ ਵਧੀਆ ਨੇ, ਪਰ ਜਦੋਂ ਉਹਨੂੰ ਪ੍ਰੈਕਟੀਕਲੀ ਐਗਜੀਕਿਊਟ ਕਰਨ ਦੀ ਗੱਲ ਆਉਂਦੀ ਹੈ, ਗੱਲਾਂ 'ਚ ਤਾਂ ਸਾਰੀ ਪੰਜਾਬ ਗੌਰਮੈਂਟ ਵੀ ਕਹਿ ਰਹੀ ਅਸੀਂ ਇੱਕ ਸਟੇਜ 'ਤੇ ਆਉਣਾ, SGPC ਦੇ ਪ੍ਰਧਾਨ ਵੀ ਕਹਿੰਦੇ ਹਾਂ ਵੀ ਅਸੀਂ ਇੱਕ ਸਟੇਜ 'ਤੇ ਆਉਣਾ, ਕਿਸੇ ਨੇ ਇਹ ਤਾਂ ਨਹੀਂ ਕਿਹਾ ਵੀ ਨਹੀਂ ਨਹੀਂ ਜੀ ਪੰਜਾਬ ਗੌਰਮੈਂਟ ਨਾਲ ਸਾਡਾ ਕੋਈ ਲੇਗਾ ਦੇਗਾ ਨਹੀਂ, ਅਸੀਂ ਇੱਕ ਸਟੇਜ 'ਤੇ ਨਹੀਂ ਆਉਣਾ ਹੈਗਾ। ਗੱਲਾਂ ਦੇ ਵਿੱਚ ਬਹੁਤ ਸਾਰੇ ਵਧੀਆ ਨੇ ਪਰ ਆਚਾਰ ਦੇ ਵਿੱਚ ਸਾਰੇ ਮਾੜੇ ਨੇ, ਉਸੇ ਕਰਕੇ ਪ੍ਰੋਬਲਮ ਆ ਰਹੀ ਹੈ। ਅਤੇ ਅਪੀਲ ਤੁਹਾਡੇ ਚੈਨਲ ਤੋਂ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਥੋੜ੍ਹਾ ਜਿਹਾ ਆਪਣੇ ਕਰੈਕਟਰ ਨੂੰ, ਆਪਣੇ ਆਚਾਰ ਨੂੰ ਵੀ ਸਾਰੇ ਜਣੇ ਠੀਕ ਕਰੀਏ, ਅਤੇ ਜਿਹੜਾ ਗੁਰੂ ਨਾਨਕ ਦਾ ਸਰਬ ਸਾਂਝੀ ਵਾਲਤਾ ਦਾ ਜਿਹੜਾ ਪ੍ਰੋਪਰ ਮੈਸੇਜ ਤਦ ਜਾਊਗਾ ਜੇ ਅਸੀਂ ਪੰਜਾਬ ਦੇ ਵਿੱਚ ਇਕਜੁੱਟਤਾ ਦਿਖਾਵਾਂਗੇ, ਜਿਹੜੀ ਵੱਡੀ ਗੱਲ ਹੈ। ਠੀਕ ਹੈ ਬਹਿਣ ਸਾਹਿਬ, ਸਾਂਝੀ ਵਾਲਤਾ ਦਾ ਫਲਸਫਾ ਸਿਆਸਤ ਇਹਨਾਂ 13 ਦਿਨਾਂ ਵਿੱਚ ਸਮਝੇਗੀ? ਦੇਖੋ ਹੋਣੀ ਚਾਹੀਦੀ ਹੈ, ਜਿਵੇਂ ਬਰਾੜ ਸਾਹਿਬ ਨੇ ਵੀ ਕਿਹਾ, ਸੁਖਦੇਵ ਸਿੰਘ ਨੇ ਵੀ ਕਿਹਾ ਕਿ ਪਾਰਟੀ 'ਚ ਅਪੀਲ ਕਰਾਂਗੇ, ਕਿਉਂਕਿ ਜਿਹੜੇ ਲੀਡਰ ਹੈ ਨਾ ਬੇਸਿਕਲੀ ਪ੍ਰੋਬਲਮ ਤਾਂ ਇਹਨਾਂ ਕਰਕੇ ਹੁੰਦੀ ਹੈ, ਆਮ ਲੋਕ ਤਾਂ ਜਿਹੜੇ ਆ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਉਹ ਸਟੇਜ ਉੱਥੇ ਲੱਗੀ ਹੋਊਗੀ, ਬਾਬਾ ਜੀ ਦਾ ਪ੍ਰਕਾਸ਼ ਹੋਊਗਾ, ਉੱਥੇ ਕੀਰਤਨ ਹੁੰਦਾ ਹੋਊਗਾ, ਉਹਨਾਂ ਨੇ ਜਾ ਕੇ ਉੱਥੇ ਹੱਥ ਜੋੜ ਕੇ ਮੱਥਾ ਟੇਕਣਾ ਹੈ ਜਾ ਕੇ। ਜਿਹੜਾ ਅਸਲੀ ਜਿਹੜਾ ਝਗੜਾ ਆ ਉਹ ਲੋਕਾਂ ਦਾ ਨਹੀਂ ਹੈਗਾ, ਉਹ ਬਾਬਾ ਨਾਨਕ ਜੀ ਦੇ ਜਿਹੜੇ ਉਪਾਸ਼ਕ ਨੇ ਉਹਨਾਂ ਦਾ ਨਹੀਂ ਹੈਗਾ, ਝਗੜਾ ਤਾਂ ਜਿਹੜੇ ਪੋਲੀਟੀਕਲ ਲੀਡਰ ਆ ਜਿਨ੍ਹਾਂ ਨੂੰ ਇਹ ਹੈਗਾ ਕਿ ਇਹ ਦਿਖਾਉਣਾ ਚਾਹੁੰਦੇ ਆ ਲੋਕਾਂ ਨੂੰ ਕਿ ਅਸੀਂ ਕਰ ਰਹੇ ਹਾਂ ਪ੍ਰਬੰਧ, ਪੰਜਾਬ ਸਰਕਾਰ ਕਰ ਰਹੀ ਹੈ, ਕੇਂਦਰ ਸਰਕਾਰ ਕਹਿੰਦੀ ਕੇਂਦਰ ਸਰਕਾਰ
ਪੰਜਾਬ ਸਰਕਾਰ ਜਾਂ SDPC ਜਾਂ ਬਾਕੀ ਪਾਰਟੀਆਂ ਇੱਕ ਸਟੇਜ 'ਤੇ ਇਕੱਠੀਆਂ ਹੋਣ ਅਤੇ ਭਾਵੇਂ ਨਾ ਹੋਣ, ਸੰਗਤ ਨੇ ਆਪਦਾ ਮਨ ਬਣਾ ਲਿਆ। ਕੱਲ੍ਹ ਤੀਕਰ ਜਿਹੜੀ ਸੰਗਤ ਦੀ ਆਮਦ ਆ ਉਹ 2,25,00,000 ਤੱਕ ਪਹੁੰਚ ਗਈ ਹੈ। ਫਿਕਰਮੰਦੀ ਇਸ ਗੱਲ ਦੀ ਹੈ ਕਿ ਜਿਹੜੇ ਜਿਹੜੀਆਂ ਸੜਕਾਂ ਹੈ ਉੱਥੇ ਉਹ ਛੋਟੀਆਂ ਪੈ ਗਈਆਂ, 4 ਲੇਨ ਵਗੈਰਾ ਹੁੰਦੀਆਂ ਤਾਂ ਸ਼ਾਇਦ ਜ਼ਿਆਦਾ ਸਹੂਲਤ ਹੁੰਦੀ, ਕਿਉਂਕਿ ਸੜਕ ਕੋਈ ਇੱਕ ਚੌੜੀ ਹੋਈ ਆ, ਬਾਕੀ ਸੜਕਾਂ ਜਿਹੜੀਆਂ ਚੌੜੀਆਂ ਜਿੰਨੀ ਸੰਗਤ ਦੀ ਆਮਦ ਹੋਣੀ ਉਹਦੇ ਮੁਤਾਬਕ ਨਹੀਂ ਹੈਗੀਆਂ। ਮੈਂ ਇਸ ਇਲਜ਼ਾਮਾਂ 'ਚ ਨਹੀਂ ਜਾਂਦਾ ਕਿ ਇਹਨਾਂ ਨੇ ਜਾਣ ਕੇ ਨਹੀਂ ਕੀਤੀਆਂ ਜਾਂ ਨਹੀਂ ਜਾਂਦੀਆਂ, ਮੈਂ ਕਹਿਣਾ ਜਿਹੜਾ ਵੇਲਾ ਬੀਤ ਗਿਆ ਬੀਤ ਗਿਆ। ਸਵਾਲ ਇੰਨਾ ਹੀ ਹੈ ਕਿ ਫਿਕਰਮੰਦੀ ਇਸ ਗੱਲ ਦੀ ਹੈ ਕਿ ਜਿੰਨੀ ਸੰਗਤ ਨੇ ਆਉਣਾ ਉਹ ਸਮਾਊਗੀ ਕਿਵੇਂ। ਕੱਲ੍ਹ ਤੀਕਰ ਜਿਹੜੀ ਸ਼ਾਮ ਨੂੰ ਰਿਕਾਰਡ ਤੱਕ ਕੀਤੀ ਗਈ ਹੈ ਕਿ ਲਗਭਗ 2,25,00,000 ਦੀ ਆਮਦ ਜਿਹੜੀ ਹੈ ਕੱਲ੍ਹ ਤੀਕਰ ਆਉਣੀ ਸ਼ੁਰੂ ਹੋ ਗਈ ਹੈ। ਔਰ ਸੰਗਤਾਂ ਨੇ ਉੱਥੇ ਇੱਥਾ ਜਿਹੜਾ ਹੈਗਾ ਆਸਥਾ ਨਾਲ ਜਾਣਾ ਹੈ, ਗੁਰੂ ਸਾਹਿਬ ਦੇ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਦਾ ਆਸ਼ੀਰਵਾਦ ਲੈਣ ਜਾਣਾ। ਸਟੇਜ ਕੋਈ ਲਾਈ ਰੱਖੇ, ਕੋਈ ਕੁਛ ਬੋਲੀ ਜਾਵੇ, ਮੈਨੂੰ ਲੱਗਦਾ ਸੰਗਤ ਨੂੰ ਕੋਈ ਸਾਰੋਕਾਰ ਨਹੀਂ ਹੈ। ਇਸ ਕਰਕੇ ਕਿੰਨੇ ਉੱਥੇ ਲੰਗਰ ਲੱਗਣੇ ਆ, ਉੱਥੇ ਵੀ ਸਪੀਕਰ ਵੱਜੀ ਜਾਣੇ ਆ, ਕਿਤੇ ਕੋਈ ਕਰੀ ਚੱਲੇ, ਕੋਈ ਨਾ ਕਰੀ ਚੱਲੇ, ਹੋਲੇ ਮਹੱਲੇ ਦੇ ਉੱਤੇ ਦਾ ਹਾਂ ਜਿੰਨੀਆਂ ਵੱਧ ਹੋਣੀਆਂ ਤੇ ਕਾਮਾਂ ਰੋਲੀ ਵੱਧ ਪੈਸਦੀ ਹੈ, ਪਰ ਹਰੇਕ ਦਾ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਬਾਬੇ ਨਾਨਕ ਦੀ ਧਰਤੀ ਵੱਲ ਹੀ ਹੋਏਗਾ। ਇਸ ਕਰਕੇ ਫਿਕਰ ਕਰਨ ਦੀ ਲੋੜ ਨਹੀਂ, ਬਾਬਾ ਨਾਨਕ ਆਪੇ ਸਾਰਿਆਂ 'ਚ ਵੱਸ ਕੇ ਠੀਕ ਹੋ ਜਾਏਗਾ। ਕੋਈ ਲੰਬਾ ਚੌੜਾ ਕੰਮ ਸਾਂਝੀ ਵਾਲਤਾ ਦਾ ਸੁਨੇਹਾ ਜਿਹੜਾ ਇੱਥੇ ਬਹੁਤ ਅੱਛਾ ਪੈਨਲਿਸਟ ਨੇ ਡਿਸਕ੍ਰਾਈਬ ਕੀਤਾ ਹੈਗਾ ਕਿ ਕਿਸ ਤਰੀਕੇ ਨਾਲ ਅੱਗੇ ਵਧਣਾ ਹੈਗਾ, ਪਰ ਸਾਂਝੀ ਵਾਲਤਾ ਦਾ ਫਲਸਫਾ ਤਾਂ ਪੂਰੇ ਜਗਤ ਲਈ ਸੀ, ਗੁਰੂ ਨਾਨਕ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ ਜੇ ਸਾਂਝੀ ਵਾਲਤਾ ਫਲਸਫਾ ਪੂਰੇ ਜਗਤ ਲਈ ਹੈਗਾ ਤਾਂ ਫਿਰ ਜੇ ਸਰਹੱਦ ਪਾਰ ਉਹ ਸੱਦਾ ਆਉਂਦਾ ਹੈਗਾ ਉਸ 'ਤੇ ਸਿਆਸਤ ਕਿਉਂ ਪੱਕਦੀ ਹੈਗੀ? ਬ੍ਰੇਕ ਤੋਂ ਵਾਪਸ ਆ ਕੇ ਇਹ ਸਵਾਲ ਕਰਨਾ ਜ਼ਰੂਰ ਹੈ। ਸਵਾਲ ਕਿਉਂ ਪੁੱਛ ਰਿਹਾ, ਕਰਤਾਰਪੁਰ ਲਾਂਘੇ 'ਚ ਸਿਆਸਤ ਆਖਰ ਚਾਹੁੰਦੀ ਕੀ ਹੈ? ਕੀ ਹੈ ਪੈਨਲਿਸਟ ਨੇ ਕਹਿਤਾ ਹੈਗਾ ਸਿਆਸਤ ਚਾਹੁੰਦੀ ਹੈ ਸਾਂਝੀ ਵਾਲਤਾ ਦਾ ਫਲਸਫਾ, ਸਰਬ ਸਾਂਝੀ ਵਾਲਤਾ ਦਾ ਫਲਸਫਾ, ਸਿਆਸਤ ਵੀ ਹੁਣ ਚਾਹੁਣ ਲੱਗ ਪਈ ਹੈਗੀ ਹੈ। ਅਤੇ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਆਇਆ ਹੈਗਾ, ਪਾਕਿਸਤਾਨ ਦੇ ਮੀਡੀਆ ਨੇ ਇਹ ਖਬਰ ਦਿੱਤੀ ਹੈਗੀ ਹੈ ਅਤੇ ਪਾਕਿਸਤਾਨ ਦਾ ਕੁਝ ਹਿੱਸਾ ਮੀਡੀਆ ਦਾ ਇਹ ਵੀ ਦਾਅਵਾ ਕਰਦਾ ਹੈਗਾ ਨਵਜੋਤ ਸਿੰਘ ਸਿੱਧੂ ਨੇ ਸੱਦਾ ਕਬੂਲ ਕਰ ਲਿਆ ਹੈਗਾ। ਉਹਦੀ ਕਨਫਰਮੇਸ਼ਨ ਹੈ ਭਾਰਤ ਵੱਲੋਂ ਕਿੰਨੀ ਹੋਈ ਹੈ, ਸਵਾਲ ਇਹ ਨਹੀਂ ਹੈਗਾ, ਪਰ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਕਿਉਂ ਆ ਗਿਆ ਹੈਗਾ ਇਹ ਸਵਾਲ ਪੁੱਛਣਾ ਸ਼ੁਰੂ ਹੋ ਗਿਆ ਅਤੇ ਸਿਆਸਤ ਕਹਿੰਦੀ ਕੀ ਹੈ ਸੁਣ ਲਓ। ਨਵਜੋਤ ਸਿੰਘ ਸਿੱਧੂ ਦਾ ਇਸ ਲਾਂਘੇ ਖੁਲਾਣ ਦੇ ਵਿੱਚ ਜਿਹੜਾ ਯੋਗਦਾਨ ਹੈ ਉਹਨੂੰ ਕੋਈ ਨਕਾਰ ਨਹੀਂ ਸਕਦਾ ਸਰ, ਚਾਹੇ BJP ਕੁਛ ਕਹਿੰਦਾ ਰਹੇ, ਚਾਹੇ ਕੁਛ ਕਹਿੰਦੇ ਰਹਿਣ, ਕੋਈ ਇਹਦੇ ਵਿੱਚ ਮੈਂ ਸਮਝਦਾ ਉਹਨਾਂ ਦਾ ਜਿਹੜਾ ਯੋਗਦਾਨ ਹੈ ਸਭ ਨੂੰ ਪਤਾ ਹੈ ਅਤੇ ਉਹਨਾਂ ਦਾ ਕੀ ਰੋਲ ਹੈ ਨਹੀਂ ਰੋਲ ਹੈ ਤਾਂ ਸਭ ਸਾਰੇ ਬੱਚੇ ਨੂੰ ਪਤਾ ਸਰ, ਬਿਲਕੁਲ ਨਾਮ ਹੈ ਸਭ ਸਰਕਾਰ ਦੀ ਜਿਹੜਾ ਜੱਥਾ ਪਹਿਲੇ ਜਿੱਥੇ ਦੇ ਵਿੱਚ ਉਹਨਾਂ ਦਾ ਵੀ ਨਾਮ ਹੈ। ਆਪਾਂ ਇਸ ਕ੍ਰੈਡਿਟ ਲੈਣ ਲਈ ਨਹੀਂ, ਆਪਾਂ ਖੁਸ਼ੀਆਂ ਮਨਾਈਏ ਕਿ ਆਪਾਂ ਨੂੰ ਦਰਸ਼ਨ ਦੀਦਾਰ ਹੋ ਰਹੇ ਹੈ, ਉਹੀ ਬਹੁਤ ਵੱਡੀ ਗੱਲ। ਨਹੀਂ ਮੈਨੂੰ ਹਜੇ ਨਹੀਂ ਪਤਾ, ਸਿੱਧੂ ਸਾਹਿਬ ਨੇ ਹੀ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੇ ਲਈ ਕਾਫੀ ਵੱਡੇ ਉਪਰਾਲੇ ਕੀਤੇ, ਲੇਕਿਨ ਉਹਨਾਂ ਦਾ ਨਾਮ ਜਿਹੜਾ ਕਿਤੇ ਵੀ ਨਹੀਂ ਆ ਰਿਹਾ। ਆਪਾਂ ਨੂੰ ਨਾਮ ਚਾਹੀਦਾ ਹੀ ਨਹੀਂ, ਆਪਾਂ ਨੂੰ ਨਾਮ ਦੀ ਜ਼ਰੂਰਤ ਹੀ ਨਹੀਂ, ਆਪਾਂ ਨੂੰ ਖੁਸ਼ੀ ਇੰਨੀ ਵੱਡੀ ਹੈ, ਸੰਗਤ ਦੀ ਅਰਦਾਸ ਹੈ, ਤੁਸੀਂ ਉਸ ਤੋਂ ਉੱਤੇ ਤਾਂ ਕੁਛ ਵੀ ਨਹੀਂ ਹੋ ਸਕਦਾ। ਉਹ ਹਮੇਸ਼ਾ ਪਾਕਿਸਤਾਨ ਕੇ ਹੱਕ ਮੇਂ ਬੋਲਤੇ ਹੈ, ਪਾਕਿਸਤਾਨੀਓ ਕੀ ਭਾਸ਼ਾ ਬੋਲਤੇ ਹੈਂ, ਉਨਕੇ ਹੱਕ ਮੇਂ ਪ੍ਰਚਾਰ ਕਰਤੇ ਹੈ, ਤੋ ਇਸੀਲੀਏ ਵੋ ਇਨਕੋ ਬਾਰ ਬਾਰ ਬੁਲਾਤੇ ਹੈ। ਵੋ ਹਿੰਦੁਸਤਾਨ ਮੇਂ ਪਾਕਿਸਤਾਨ ਕੇ ਰਿਪ੍ਰੈਜ਼ੈਂਟੇਟਿਵ ਹੈ। ਨਵਜੋਤ ਸਿੰਘ ਸਿੱਧੂ ਕੋ ਇਨਵਾਈਟ ਕੀਆ ਗਿਆ ਹੈ ਕਰਤਾਰਪੁਰ ਜਾਣੇ ਕੇ ਲੀਏ, ਤੋ ਕਿਆ ਆਪਕੇ ਪਾਸ ਕੋਈ ਰਿਕੁਐਸਟ ਆਇਆ, ਕਿਉਂਕਿ ਵੋ ਸਿਟਿੰਗ MLA ਹੈ ਅਭੀ ਪੰਜਾਬ ਗਵਰਨਮੈਂਟ ਮੇਂ, ਤੋ ਉਨਕੋ ਕਲੀਅਰੈਂਸ ਕੇ ਲੀਏ ਕੋਈ ਆਪਕੇ ਪਾਸ ਰਿਕੁਐਸਟ? ਦੇਖੀਏ ਦੋ ਚੀਜ਼ੇ ਹੈ ਇਸ ਮੇਂ, ਅਗਰ ਹਮ ਕਰਤਾਰਪੁਰ ਵੀ ਜਾ ਰਹੇ ਹੈ ਤੋ ਯੇ ਮਾਨ ਕੇ ਚਲਨਾ ਪੜੇਗਾ ਕਿ ਹਮ ਦੂਸਰੇ ਦੇਸ਼ ਮੇਂ ਜਾ ਰਹੇ ਹੈ। तो जो पॉलिटिकल क्लियरेंस की जो नॉर्मल प्रोसेस प्रोसीजर होगी और जिनको लेना है उनको पता है कि किन किन को लेना है, वो मुझे लगता है कि इस पर अप्लीकेबल होगा। रिस्पॉन्सिबिलिटी जो है किसको लेना है और कैसे लेना है वो उनको खुद पता है। जहां तक हमारी तरफ से जो ऑफिशियल जत्था है जो हमने उनको शेयर किया उसमें पॉलिटिकल पर्सनैलिटीज हैं फ्रॉम डिफरेंट साइड्स ऑफ द पॉलिटिकल स्पेक्ट्रम। ਸੁਦੇਸ਼ ਰੋਪੜ, ਨਵਜੋਤ ਸਿੰਘ ਸਿੱਧੂ ਦੇ ਸਵਾਲ 'ਤੇ ਕੈਪਟਨ ਅਮਰਿੰਦਰ ਸਿੰਘ ਬੋਲਦੇ ਕਿਉਂ ਨਹੀਂ ਗਏ? ਨਹੀਂ ਉਹਨਾਂ ਨੇ ਇਹਦੇ ਵਿੱਚ ਕੀ ਕਿਹਾ ਹੈਗਾ, ਉਹਨਾਂ ਨੇ ਤਾਂ ਸਿਰਫ ਇਹੀ ਕਿਹਾ ਹੈਗਾ ਵੀ ਉਹਨਾਂ ਨੂੰ ਪੁੱਛੋ ਵੀ ਸੱਦਾ ਆਇਆ ਕਿ ਨਹੀਂ। ਅੱਗੇ ਤਾਂ ਕਹਿੰਦੇ ਸਿੱਧੂ ਸਾਹਿਬ ਮੈਨੂੰ ਪੁੱਛ ਕੇ ਗਏ ਆ। ਨਹੀਂ ਪੁੱਛ ਕੇ ਗਏ ਸੀ, ਕਹਿੰਦੇ ਸੀ ਕਿ ਸਿੱਧੂ ਸਾਹਿਬ ਨੇ ਸਾਡੀ ਗੱਲ ਨਹੀਂ ਮੰਨੀ, ਉਹਨਾਂ ਦੀ ਮਰਜ਼ੀ ਹੈ। ਨਹੀਂ ਇੱਦਾਂ ਨਹੀਂ ਕਿਹਾ, ਬਿਲਕੁਲ ਤੁਸੀਂ ਹੁਣ ਮਿਸਕੋਟ ਕਰ ਰਹੇ ਹੋ। ਜਦੋਂ ਪਹਿਲਾਂ ਵੀ ਗੱਲ ਹੋਈ ਸੀ, ਗਲਤ ਕਰ ਦੋ, ਮੈਂ ਮੇਰੀ ਗੱਲ ਸੁਣ ਲਓਗੇ ਤਾਂ ਕਰ ਦੂੰਗਾ, ਜੇ ਨਹੀਂ ਸੁਣੋਗੇ ਤਾਂ ਮੈਂ ਚੁੱਪ ਕਰ ਜਾਣਾ। ਨਹੀਂ ਬੋਲੋ ਬੋਲੋ ਬੋਲੋ, ਮੈਂ ਚੁੱਪ ਕਰ ਜਾਣਾ। ਨਹੀਂ ਬੋਲੋ ਬੋਲੋ, ਗੱਲ ਇਹ ਸੀਗੀ ਉਸ ਟਾਈਮ ਵੀ ਜੋ ਹੋਈ ਸੀ ਉਹ ਐਜ ਕੈਬਨਿਟ ਮਿਨਿਸਟਰ ਉਹਨਾਂ ਨੇ ਉਹਨਾਂ ਤੋਂ CM ਸਾਹਿਬ ਤੋਂ ਬਿਲਕੁਲ ਬਕਾਇਦਾ ਤੌਰ 'ਤੇ ਇਜਾਜ਼ਤ ਲਈ ਸੀ, ਔਰ ਤੁਹਾਨੂੰ ਵੀ ਪਤਾ ਹੈ ਵੀ ਉਹ ਤੋਂ ਇਜਾਜ਼ਤ ਲੈਣੀ ਪੈਂਦੀ ਹੈ, ਉਸ ਤੋਂ ਬਾਅਦ ਸੈਂਟਰ ਗੌਰਮੈਂਟ ਦੀ ਇਜਾਜ਼ਤ ਲੈਣੀ ਪੈਂਦੀ ਹੈ, ਔਰ ਉਦੋਂ ਬਿਨਾਂ ਕੋਈ ਬੰਦਾ ਦੂਸਰੇ ਦੇਸ਼ 'ਚ ਜਾ ਨਹੀਂ ਸਕਦਾ।
और अगली गल उन्होंने ये भी उन्होंने सिर्फ इन्नी गल की सी भी जी जनरल बाजवा के नाल उन्होंने जफी पाई है भी मैं वो गल दे बिल्कुल खिलाफ सी देखो ये गल उन्होंने बिल्कुल कही सी मैं तुम इस बड़ी जिम्मेवारी हूँ भी कह रहा और बाकी जारी गल दूजी तुम कह रहे हो भी जाखड़ साहब ने बिल्कुल ठीक कहा है भी सिद्धू साहब जे जाना चाह जो उन्होंने सद्दा आया हजे सगो क्लीयर नहीं है मेरे ख्याल मीडिया च भी सारिया यह क्या सराइया ही ने भी जे सिद्धू साहब न क्योंकि उन्होंने जी वाइफ है उन्हें भी क्लीयर नहीं किया आया कि नहीं आया उन्होंने भी यही कहा मीडिया के सामने भी मैं नहीं इस गल का पता तो जे उन्होंने सद्दा आया तो ठीक है मैं ही उन्होंने बयान दिखाया मैं तुम्हें थोड़ी लाइन मिल जाए एक बचन की नहीं बचन की कहती है जे सिद्धू साहब जाना चाहते हैं उन्होंने जाना चाहिए बतौर एम एल ए सिद्धू साहब को हुण कैप्टन अमरिंदर सिंह की परमिशन चाहिए है नहीं चाहिए क्योंकि हुण साबका मंत्री हो चुके हैं देखो जी इस बारे कह दिए कानून बारे मैं नहीं पता भी उन्होंने स्पीकर की तो लेनी पैनी है अच्छा वो तो फिर कांग्रेस के हो गए ना स्पीकर तो हम आप जो मर्जी कह लो स्पीकर तो लेनी ही पैंती है अच्छा बैं साहब जी सिद्धू साहब के मुद्दे पर कैप्टन अमरिंदर सिंह कुछ भी बोलने की हम तैयार नहीं है वजह की है कैप्टन अमरिंदर सिंह क्यों बोलूगा जी कैप्टन अमरिंदर सिंह तो खुश है कि वह कैबिनेट चो लंबे करता देखो सारी जी लॉबिंग हो रही थी उदों सारी लॉबिंग तो इस वास्ते हो रही थी किसी तरीके नवजोत सिद्धू नूं कैबिनेट चो कढ़िया जाए जिन्ने मंत्री सके रंधावे जिन्ने भी है सुखजिंदर रंधावा आया दूजे ने यह सारिआं दे उदों तां सिद्धू दे उत्ते चारे पहुँच पैर चक के पए हुए सके क्योंकि जिहड़ा इशू जिहड़ा उहने बाजवे नूं इक जफ्फी पाई सी उह जैस्चर सीगा थैंक्स दा जैस्चर सीगा जदों उहने करतारपुर लांघे दी गल कीती है हुण उहनूं तुसीं पोलिटिक्स विच खेडणी उहदे उत्ते उह सारा जिहड़ा इशू आ उहनूं तुसीं होर पासे लै गए उहदी मकसद सिर्फ इह सीगा कि सिद्धू नूं इन्ना बदनाम करो पार्टी 'च दूजियां पार्टियां दे विच वी जिहड़ा उहदे विरुद्ध बयानबाजी हुई और नतीजा इह निकलिया कि अल्टीमेटली जी सिद्धू नूं कैबिनेट तों इस्तीफा देना पिया और ये हुण कैप्टन अमरिंदर सिंह क्यों कहेगा वह तो खुश ने क्योंकि एको ही बंदा सी जिहड़े इन्हें जिन्ने ये पुठे काम करते सरकार दे विच उन्हां नूं रोकण वाला या उन्हां दा विरोध करन वाला कैबिनेट दे विच एक बंदा सीगा जिहड़ी हुण विरोध दी आवाज़ भी बंद हो गई है कैबिनेट दे विच ठीक है हाँ रोपड़ साहब की कहना चाह रहे हो नहीं देखो गल यह भी बिल्कुल गल ना गल ना कोई लागा देगा नहीं है जो वह उस तो किन्ने चिर बाद जो है ना ही सिद्धू साहब को कोई रिजाइन मंगया गया ना ही उन्होंने रिजाइन दिता बाद उन्होंने तो सिर्फ महकमा बदलिया एक पैरोगेट है सीएम का भी कि महकमे कि बंद तो बाकी इतने काम लेना है ठीक है वो एक नहीं बदलिया वो ओ पी सोनी साहब का बदलिया वह गुरप्रीत कांगड़ साहब का बदलिया वो अपना विजेंद्र सिंगले का बदलिया वो तृप्त जिंदर बाजवा जी का बदलिया कि नहीं बदलिया इस करके इस महकमा बदलिया गया और महकमे तो ठीक है उन्होंने इच्छा से भी मैं बिजली महकमा मेरे ख्याल से भी सब तो इंपोर्टेंट महकमा से और जे आप उस जोड़ के तोड़ मरोड़ के उस गल करिए मेरे ख्याल से वाजब नहीं है गल नहीं आप इस तरीके जोड़ सकते हैं कि नवजोत सिंह सिद्धू कैप्टन अमरिंदर सिंह के पोलिटिकल करियर लिए थ्रेट से मैं कहना जी थोड़ा अधिकार हैगा थोड़े कोले वो टीवी चैनल तुम बैठे जो मर्जी कह सकते हो पर एक गल हैगा कोई की मतलब है कैप्टन साहब को की थ्रेट है ठीक है चंजी ब्राड कैप्टन साहब ने चार सीटा लड़िया तीन हुण जितले कदा थ्रेट ठीक है चंजी ब्राड अकाली दल की स्टेटमेंट भी मैंने चाहिए नवजोत सिंह सिद्धू के सदे से जो पाकिस्तान का मीडिया हवाला दे रहा है तुहाडे भाईवाल भारतीय जनता पार्टी वो अनिल विज साहब कह रहे हैं पोलीटिकल रीप जे पाकिस्तान के रीप्रजेंटेटिव है नवजोत सिंह सिद्धू इनते की कहोगे देखो मैं एक बेनती कर दिया कि इमरान खान साहब नाल उन्हों की पुरानी दोस्ती है और जोड़े पहल भी फंक्शन होए है वो सदा उन्होंने पहला भी मिलता रहा वो जाते रहे हैं जे हूँ भी सदा उन्होंने मि आया है पता नहीं हले आया कि नहीं आया सारे आप यही गल्ला करी जाने जे आया तो जे उन्होंने जाना है ज नहीं जाना है तो उन्होंने मर्जी है पर जे वो जाते हैं तो मेरा ख्याल है कोई एड्डी तौखले वाली गल किसी को होनी नहीं चाहिए बीजेपी इस बयान की निखेधी करता मतलब मैं बयान किसी के बयान की निखेधी तो मैं की लैना जी मैं तो यह कह रहा कि पॉजिटिव गल सोचनी चाहिए है जे इमरान खान साहब ने जाति तौर पर उन्होंने बुलाया है क्योंकि जाति तौर पर है ना कि गवर्नमेंट टू गवर्नमेंट है क्योंकि जाति तौर वाला नहीं तो गवर्नमेंट टू गवर्नमेंट वाला हो तो फिर अकाली दल इसका वेलकम करता है इमरान खान ने ना असं इस वेलकम करते हैं ना असं इसकी निंदा करते हैं इमरान खान साहब जिन्हू सदना चाहते हैं जो कोई जाति तौर पर बार बार गुरु नानक साहब नूं कोट कर रहा
उसका कारण भी यही है कि अज की जिहड़ी राजनीतिक हालात है उन्हां दी फिलोसफी बड़ी ढुकदी है। एक पासे जे वह सर्वसांझीवालता का संदेश देंदे हैं तो वह बाबर नूं काफर भी कहने हैं, जिहड़ा जिहनूं कहने भी उहदी जंज लैके आया, तो इहदा मतलब यह है वह जुल्म के खिलाफ या गलत गल के खिलाफ स्टैंड भी लैंदे हैं। जे अनिल विज ने यह गल कही है कि सिद्धू रिप्रजेंटेटिव है या जिहड़ी बीजेपी है जिहड़ी गल करदी है अपना जिहड़ी पाड़ू राजनीति की गल करदी है जिहड़ी द्वेष की राजनीति की गल करती है जिहड़ी भाई मारू राजनीति की गल करती है तो उसके खिलाफ भी बोलना चाहिए। यह अकाली दल वास्ते भी चंगी गल है आने वाले समय के जे वो इदा के स्टैंड लैंदा। हुण अनिज असी सारे बैठ के पैनलिस्ट उरे सर्वसांझीवालता की गल कर रहे हैं तो वह उत्थे सिर्फ एक इस करके एक बंदे नूं पाकिस्तान का रिप्रजेंटेटिव कहा जा रहा है क्योंकि उन्हूं पाकिस्तान दे उत्तों सद्दा आ गया। मेरे हिसाब नाल एक बहुत वड्डी गल नहीं है, नानक नूं सिर्फ असी अपने तक वर्तन तक सीमित रख्या होया, उसकी थ्योरी नाल उसकी फिलोसफी नाल किसी राजनीतिक दल का बहुता कोई लेना देना है नहीं। एक होर छोटा ब्रेक लवेंगे, ब्रेक तो वापस आवेंगे। असी जिन्ने बार भी डिबेट की है कि है प्रकाश पुरब न संबंधित या करतारपुर लांघे संबंधित ज होर यो जो मसले खड़े हुए स्टेजा के धार्मिक स्टेजा के उन्होंने बारे जिन्ने बार भी डिबेट की असी वार बार ये गल की है कि सर्वसांझीवालता का फलसफा जोड़ा वो सीमित नहीं होना चाहिए क्योंकि सारे जगत लिए है जो सीमित रख के इस फलसफे को देखा जाएगा फिर उस फलसफे के विचाले सियासत की जा रही है। ये सारा पता लग रहा है, तुम्हें भी पता लग रहा है। ब्रेक तो वापस आके कुछ होर सवाल लेने जरूर है। सवाल एक पूछ रहे हैं करतारपुर लांघे च सियासत आखिर चाहती की है कि सुदेश रोपड़ साहब बहुत सधारण जहा सवाल है, मैंने इस सवाल का जवाब नहीं पता है, मैं बड़ी कोशिश की थी पता करा पर मैं पता नहीं लगेगा, तुम दस दो माड़ा जा तुहाडे सारे विधायक है जिहड़े वो सारे समागमां दे विच हाजिर रहणगे। देखो कोशिश यही है सारे का सारे विधायकों का सारे एम पी का भी वह उन्होंने नाम भेजा गया सीगा लिस्ट के भी वह सारे जाके उत्थे चाहे वह किसी भी पार्टी का सी 117 के 17 13 के 13 एम पी भी सारे नु तुसी क्या भी हाजिर रहना चाहिए है आना चाहिए। बिल्कुल 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 देखो बाकी हुण हर एक दी शरदा है ठीक हुण कोई शरदा दे नहीं जांदा जां किसी दी कोई मजबूरी भी हो सकती है नहीं करता पिया मैं तो इधरली गल करता मैं तो इधरली जी साझीवालता सीमित तुम करके देख रहे हो मैं उनका सवाल कर रहा नहीं इतने किसी को देखो सारे सदा सारे जाना चाहिए। चलो मैंने एक सवाल का जवाब दे दो सिद्धू साहब का योगदान हैगा करतारपुर लांघे दे विच या नहीं। बिल्कुल है बिल्कुल है बिल्कुल है ਇਹ ਪੂਰੀ ਕਾਂਗਰਸ ਪਾਰਟੀ ਮੰਨਦੀ ਹੈ ਕੈਪਟਨ ਅਮਰਿੰਦਰ ਸਿੰਘ ਵੀ ਮੰਨਦੇ ਆ ਨਹੀਂ ਮੰਨਦੇ ਨਹੀਂ ਤੁਸੀਂ ਦੇਖੋ ਗੱਲ ਇਹ ਆ ਨਾ ਫਿਰ ਉਹੀ ਹੈਗੀ ਨਾ ਕੇਪੀ ਸਾਹਿਬ ਤੁਸੀਂ ਮੈਨੂੰ ਪੁੱਛਿਆ ਮੈਂ ਜਵਾਬ ਦੇਤਾ ਹੁਣ ਤੁਸੀਂ ਕਹੋਗੇ ਕੱਲ ਨੂੰ ਉਹ ਨਹੀਂ ਹੈ ਫਿਰ ਉਹ ਕਹੋਗੇ ਨਹੀਂ ਤੁਸੀਂ ਰਾਹੁਲ ਗਾਂਧੀ ਮੰਨਦਾ ਕਿ ਨਹੀਂ ਮੰਨਦਾ ਫਿਰ ਕਹੋਗੇ ਸੋਨੀਆ ਗਾਂਧੀ ਮੰਨਦੀ ਹੈ ਕਿ ਨਹੀਂ ਮੰਨਦੀ ਨਹੀਂ ਮੈਂ ਤਾਂ ਪੂਰੀ ਕਾਂਗਰਸ ਪਾਰਟੀ ਦੀ ਗੱਲ ਕੀਤੀ ਹੈ ਨਹੀਂ ਨਹੀਂ ਮੈਂ ਐਜ਼ ਕਾਂਗਰਸ ਪਾਰਟੀ ਦਾ ਬੁਲਾਰਾ ਕਹਤਾ ਜਾਂ ਮੈਨੂੰ ਕਾਂਗਰਸ ਪਾਰਟੀ ਦਾ ਬੁਲਾਰਾ ਨਾ ਲਿਖੋ ਵੀ ਪੂਰੀ ਕਾਂਗਰਸ ਮੰਨਦੀ ਹੈ ਮੈਂ ਕਹਿੰਦਾ ਮੈਂ ਤੁਹਾਨੂੰ ਜ਼ਿੰਮੇਵਾਰੀ ਨਾ ਕਹਿ ਰਿਹਾ ਜੇ ਸਾਡਾ ਪ੍ਰਧਾਨ ਸਾਹਿਬ ਕਹਿ ਰਿਹਾ ਕੋਈ ਗਲਤ ਕਹਿ ਰਿਹਾ ਪ੍ਰਧਾਨ ਸਾਹਿਬ ਕਾਂਗਰਸ ਪਾਰਟੀ ਦੇ ਨਹੀਂ ਅੱਛਾ ਪ੍ਰਧਾਨ ਸਾਹਿਬ ਪਹਿਲਾਂ ਗਲਤ ਕਹਿ ਰਹੇ ਸੀ ਜਦੋਂ ਨਿਰਮਾਣ ਕਾਰਜਾਂ ਬਾਰੇ ਬੋਲੇ ਸੀ ਉਦੋਂ ਕੈਪਟਨ ਸਾਹਿਬ ਸਹੀ ਸੀ ਮੈਂ ਕਦੋਂ ਕਿਹਾ ਵੀ ਉਹਨਾਂ ਨੇ ਗਲਤ ਬੋਲਿਆ ਮੈਂ ਕਿਹਾ ਉਹਨਾਂ ਨੂੰ ਜਿੰਨੀ ਗੱਲ ਉਹਨਾਂ ਨੇ ਉਹ ਠੀਕ ਕਹੀ ਉਹਨਾਂ ਨੇ ਇਸ ਕਰਕੇ ਜੇ ਹੁਣ ਤੁਸੀਂ ਪਤਾ ਨਹੀਂ ਕਹਿਣਾ ਫਿਰ ਤੁਸੀਂ ਕਹੋਗੇ ਰਾਹੁਲ ਗਾਂਧੀ ਨਹੀਂ ਰੋਪੜ ਦਾ ਪਤਾ ਨਹੀਂ ਕਿਉਂ ਪਤਾ ਨਹੀਂ ਕੀ ਚੱਕਰ ਪਤਾ ਨਹੀਂ ਕੀ ਚੱਕਰ ਅੱਜ ਕੱਲ ਨਾ ਮੈਂ ਸਿਆਸਤ 'ਚ ਉਲਝ ਜਾਂਦਾ ਮੈਨੂੰ ਸਮਝ ਨਹੀਂ ਆ ਰਹੀ ਸਿਆਸਤ ਨਹੀਂ ਤੁਸੀਂ ਜ਼ਿਆਦਾ ਸੁਲਝੇ ਵੇ ਹੁੰਦੇ ਸਰ ਕਮਾਲ ਕਰਤੀ ਤੁਸੀਂ ਹਾਂ ਰਵਿੰਦਰ ਸਿੰਘ ਕੀ ਕਹਿ ਰਹੇ ਹੋ मैं तो इस ही जी तुसी गल कही है भी सारे MLAs नू या MPs नू सद्दा गया। मैंने एक छोटा जिहा वाक्य याद आ गया जदों मनमोहन सिंह जी पहली बारी PM बने सीगे सोनिया गांधी जी ने अपना पद छड्डिया सीगा ते उन्होंने शपथ लैनी सीगी तां पहली बारी सॉरी 26 जनवरी जिहड़ा झंडा फहराना सीगा उत्थे तो उस दे विच जिहड़े VVIPs दी लिस्ट सीगी सोनिया गांधी तीजी लाइन दे विच बैठी सीगी ते मनमोहन सिंह पहली लाइन दे विच बैठा सीगा ते जदों उहनूं इह पता लग्गिया भी जिहड़ी साडी पार्टी प्रेजिडेंट आ उह पिछे बैठे उहनां ने प्रोटोकॉल ऑफिसर नूं पुछिआ कि इह तुसीं साडे पार्टी प्रेजिडेंट पिछे बिठाए होए कहिंदे जी उहनां कोल कोई अहुदा नहीं हैगा तुसीं ते तुहाडी कैबिनेट जिहड़ी आ उह पहलां बैठूगी। तो हुण इह रीसेंटली जे देखिआ असीं नरेंद्र मोदी जी ने जे झंडा फहराया अरविंद केजरीवाल जी भी उत्थे गए हुए सीगे मनीष सिसोदिया जी भी उत्थे गए हुए सीगे तो जद इक कोई वड्डा ईवेंट हो
ਹੁੰਦਾ ਜਾਂ ਪੂਰੇ ਮੁਲਕ ਦਾ ਈਵੈਂਟ ਹੁੰਦਾ ਤਾਂ ਉੱਥੇ ਪਾਰਟੀਜ਼ ਦੀ ਜਿਹੜੀ ਰਾਜਨੀਤੀ ਹੁੰਦੀ ਹੈ ਉਹ ਨਹੀਂ ਹੁੰਦੀ। ਹਰੇਕ ਬੰਦੇ ਨੂੰ ਪ੍ਰੋਟੋਕੋਲ ਦੇ ਹਿਸਾਬ ਦੇ ਨਾਲ ਇਨਵੀਟੇਸ਼ਨਸ ਆਉਂਦੀਆਂ ਅਤੇ ਜਿੰਨੇ ਵੀ ਆਲ ਪਾਰਟੀ ਦੇ ਜਿਹੜੇ ਮੈਂਬਰਸ ਹੁੰਦੇ ਆ, MLA ਸਾਹਿਬਾਨ ਹੁੰਦੇ ਆ ਜਾਂ MP ਸਾਹਿਬਾਨ ਹੁੰਦੇ ਆ, ਉਹ ਉਸੇ ਪ੍ਰੋਟੋਕੋਲ ਨੂੰ ਫੋਲੋ ਕਰਦੇ ਉੱਥੇ ਜਾਂਦੇ ਆ। ਅਤੇ ਬੜੀ ਵਧੀਆ ਵੈਂਚਰ ਵੀ ਹੈ, ਇੱਦਾਂ ਹੀ ਜਿਹੜਾ ਇੱਕ ਪੋਲੀਟੀਕਲ ਰਿਲੇਸ਼ਨ ਹੈ ਅਤੇ ਪੋਲੀਟੀਕਲ ਦੀ ਜਿਹੜੀ ਰਾਜਨੀਤੀ ਦੀ ਮਰਿਆਦਾ ਹੈ ਉਹਨੂੰ ਬਰਕਰਾਰ ਰੱਖਣਾ ਚਾਹੀਦਾ। ਜੇ ਆਮ ਆਦਮੀ ਪਾਰਟੀ ਦੇ ਵੀ ਕਿਸੇ ਨੂੰ ਲੀਡਰ ਨੂੰ ਸੱਦਾ ਆਉਂਦਾ, ਵੈਸੇ ਤਾਂ ਆਇਆ ਜਿੱਦਾਂ ਕਹਿ ਰਹੇ ਨੇ। ਮੈਂ ਤਾਂ ਗੱਲ ਹੋਰ ਕਹਿਣਾ ਚਾਹ ਰਵਿੰਦਰ ਸਿੰਘ, ਸੱਦੇ ਦੀ ਕੋਈ ਜ਼ਰੂਰਤ ਨਹੀਂ ਹੈਗੀ, ਪਰ ਆਮ ਆਦਮੀ ਪਾਰਟੀ ਤੁਸੀਂ ਹਮੇਸ਼ਾ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਖੜੇ ਦਿਖਾਈ ਦਿੰਦੇ ਹੋ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਕੋਈ ਸਲਾਹ ਦੇ ਦਿਓ ਨਾ ਤੁਸੀਂ, ਆਪਦੀ ਜਿੱਦ ਛੱਡ ਦੇਣ, ਆਮ ਆਦਮੀ ਪਾਰਟੀ ਇਕੱਲੇ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਨਹੀਂ ਖੜਦੀ, ਆਮ ਆਦਮੀ ਪਾਰਟੀ ਸਹੀ ਬੰਦੇ ਦੇ ਅਤੇ ਸੱਚ ਦੇ ਹੱਕ 'ਚ ਖੜਦੀ ਹੈ। ਭਾਵੇਂ ਉਹ ਕੋਈ ਵੀ ਕਰਦਾ ਹੋਵੇ, ਸਹੀ ਅਤੇ ਸੱਚੀ ਗੱਲ ਕੋਈ ਵੀ ਕਰਦਾ ਹੋਵੇ, ਇਹ ਸਾਡੀ ਰਾਜਨੀਤਿਕ ਗਰਮਾ, ਇਹ ਸਾਡੀ ਰਾਜਨੀਤਿਕ ਡਿਊਟੀ ਹੈ। ਸਿੱਧੂ ਸਾਹਿਬ ਸੱਚੀ ਗੱਲ ਦੇ ਇਸ ਬਿਹਾਵ 'ਤੇ ਸਿੱਧੂ ਸਾਹਿਬ ਨੂੰ ਕਹਿ ਦਿਓ ਨਾ ਵੀ ਉਹਨਾਂ ਦੀ ਜਿੱਦ ਛੱਡ ਦੇਣ, ਉਹਨਾਂ ਦੀ ਨਿੱਜੀ, ਉਹ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ। ਰਾਜਨੀਤੀ ਦੇ ਵਿੱਚ ਸਿਰਫ ਰਾਏ ਦਿੱਤੀ ਜਾ ਸਕਦੀ ਹੈ, ਕਿਸੇ ਦੇ ਤੁਸੀਂ ਆਪਣੇ ਘਰ ਰਾਏ ਦੇ ਦਿਓ ਨਾ, ਫਿਰ ਰਾਏ ਰਾਏ ਵੀ ਨਹੀਂ ਦਿੰਦੇ ਕਿਸੇ 'ਤੇ, ਤੁਸੀਂ ਆਪਣੇ ਘਰ 'ਚ ਨਹੀਂ ਕੋਈ ਗੱਲ ਰਾਏ ਕਿਉਂ ਨਹੀਂ ਦਿੰਦੇ ਇੰਪੋਜ਼ ਕਰ ਸਕਦੇ, ਤਾਂ ਅਸੀਂ ਸਿੱਧੂ ਸਾਹਿਬ ਨੂੰ ਤਾਂ ਕੀ ਕਹਿਣਾ, ਉਹ ਬਹੁਤ ਜ਼ਿਆਦਾ ਸਿਆਣੇ ਆਦਮੀ ਨੇ, ਰਾਏ ਦੇ ਦਿਓ ਸਿੱਧੂ ਸਾਹਿਬ ਨੂੰ, ਰਾਏ ਬਹੁਤ ਵੱਡਾ ਉਹਨਾਂ ਦਾ ਕਹਦਾ, ਬਹੁਤ ਜ਼ਿਆਦਾ ਸਿਆਣੇ ਆਦਮੀ। ਔਖਾ ਬੋਲਣਾ ਸਿੱਧੂ ਸਾਹਿਬ ਬਾਰੇ। ਚੰਦੀ ਬਰਾੜ, ਸਿੱਧੂ ਸਾਹਿਬ ਦਾ ਕੋਈ ਯੋਗਦਾਨ ਹੈਗਾ ਲਾਂਘੇ 'ਤੇ? ਅਕਾਲੀ ਦਲ ਤਾਂ ਹਮੇਸ਼ਾ ਡਿਨਾਈ ਕਰਦਾ ਰਿਹਾ। ਮੈਂ ਇੱਕ ਬੇਨਤੀ ਕਰਦੇ ਹਾਂ ਕਿ ਇਹ ਸਮਾਂ ਲੰਘ ਗਿਆ, ਸਾਰੇ ਜਗਤ ਦੀਆਂ ਅਰਦਾਸਾਂ ਪੂਰੀਆਂ ਹੋਈਆਂ। ਮੈਂ ਕਿਸੇ ਬਿਆਨ ਨੂੰ ਕਿਸੇ ਵੱਲੋਂ ਕੰਟਰੋਵਰਸੀ 'ਚ ਕਿਸੇ 'ਚ ਨਹੀਂ ਪਾਉਣਾ ਚਾਹੁੰਦਾ, ਕਿਉਂਕਿ ਫਿਰ ਦੋ ਅਤੇ ਦੋ, ਚਾਰ ਅਤੇ ਚਾਰ 'ਚੋਂ ਕੱਢੇ ਤਿੰਨ, ਇੱਕ ਬਚ ਗਿਆ, ਇਹ ਕੱਢ ਇਹ ਕਰਨ ਲੱਗ ਜਾਏ ਲੱਗ ਜਾਓਗੇ, ਤੁਸੀਂ ਵੀ ਕਰਨ ਲੱਗ ਜਾਓਗੇ, ਮੇਰੇ ਸਾਥੀ ਵੀ ਕਰਨ ਲੱਗ ਜਾਣਗੇ, ਇਸ ਕਰਕੇ ਮੈਂ ਇਸ ਪਾਸੇ ਜਾਣਾ ਨਹੀਂ ਚਾਹੁੰਦਾ। ਮੈਂ ਇੱਕ ਦਰੁਸਤ ਕਰਦਿਆਂ ਕਾਂਗਰਸ ਪਾਰਟੀ ਦੇ ਬੁਲਾਰਿਆਂ ਨੂੰ, ਜਿਵੇਂ ਹੁਣ ਵੀ ਇਹਨਾਂ ਨੇ ਕਿਹਾ ਕਿ ਜਿਵੇਂ ਵਿਜ ਦਾ ਬਿਆਨ ਹੈ, ਹੋ ਸਕਦਾ ਉਹਦਾ ਨਾਂ ਕੱਟਿਆ ਜਾਵੇ, ਜਾਂ ਜਾਖੜ ਸਾਹਿਬ ਨੇ ਵੀ ਅੱਜ ਬਿਆਨ ਦਿੱਤਾ, ਅਤੇ ਇਹਨਾਂ ਦੇ ਕੈਬਨਿਟ ਮੰਤਰੀ ਚੰਨੀ ਸਾਹਿਬ ਦਾ ਬਿਆਨ ਪੜ੍ਹ ਕੇ ਤਾਂ ਮੈਂ ਜਮਾਂ ਹੀ ਹੈਰਾਨ ਪਰੇਸ਼ਾਨ ਹੀ ਹੋ ਗਿਆ ਕਿ ਐਡਾ ਹਾਸੋਹੀਣਾ ਬਿਆਨ ਇੱਕ ਕੈਬਨਿਟ ਮੰਤਰੀ ਦੇ ਸਕਦਾ। ਹਾਲਾਂਕਿ ਚਲੋ ਚੰਗੀ ਗੱਲ ਆ, ਮੁੱਖ ਮੰਤਰੀ ਸਾਹਿਬ ਨੇ ਅੱਜ ਕਲੀਅਰ ਕਰਤਾ। ਚੰਨੀ ਸਾਹਿਬ ਕੀ ਫਰਮਾਉਂਦੇ ਆ ਕਿ ਅਕਾਲੀ ਭਾਜਪਾ ਕਰਕੇ ਜਿਹੜਾ ਸਾਡਾ 31 ਬੰਦਿਆਂ ਦਾ ਵਫਦ ਸੀ, ਉਹਨਾਂ ਨੂੰ ਜਿਹੜੇ ਆ ਵੀਜ਼ੇ ਜਿਹੜੇ ਆ ਨਹੀਂ ਦਿੱਤੇ ਗਏ। ਮੈਂ ਇੱਕ ਬੇਨਤੀ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਨੇ ਵੀ ਕਲੀਅਰ ਕਰਤਾ ਇਹਨਾਂ ਦੇ ਨੇ ਕਿ ਵੀਜ਼ੇ ਜਿਹੜੇ ਡਿਨਾਈ ਉਹ ਪਾਕਿਸਤਾਨ ਨੇ ਕੀਤੇ ਆ, ਅਤੇ ਪਾਕਿਸਤਾਨ ਦੀ ਸਰਕਾਰ ਕੋਈ ਅਕਾਲੀ ਦਲ ਨਹੀਂ ਚਲਾਉਂਦਾ। ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਬਿਨਾਂ ਕਿਸੇ ਤੱਥਾਂ ਤੋਂ, ਬਿਨਾਂ ਕਿਸੇ ਜਾਣਕਾਰੀ ਤੋਂ ਆਪਾਂ ਕਿਸੇ ਨੂੰ ਅਕਿਊਜ਼ਡ ਨਾ ਬਣਾਈਏ, ਇੱਕ ਤਾਂ ਇਹ ਬੇਨਤੀ ਹੈ। ਦੂਜੀ ਮੈਂ ਬੇਨਤੀ ਕਰਦੇ ਹਾਂ ਕਿ ਜਿਹੜੀ ਲਿਸਟ ਭੇਜੀ ਹੈ, ਮੈਂ ਸੁਖਦੇਵ ਸਿੰਘ ਦੀ ਗੱਲ ਨਾਲ ਸਹਿਮਤ ਹੈ ਕਿ ਸਾਰੀ ਦੀ ਸਾਰੀ ਹਿੰਦੁਸਤਾਨ ਦੀ ਸਰਕਾਰ ਨੇ ਪਾਕਿਸਤਾਨ ਨੂੰ ਭੇਜਤੀ ਹੈ, ਔਰ ਪਾਕਿਸਤਾਨ ਜੇ ਕੋਈ ਨਾਂ ਕੱਟਦਾ ਤਾਂ ਫਿਰ ਤਾਂ ਭਾਵੇਂ ਕੱਟਿਆ ਜਾਵੇ, ਵਰਨਾ ਹੁਣ ਕੱਟਿਆ ਨਹੀਂ ਜਾਣਾ, ਅਤੇ ਨਾਲੇ ਸਿੱਧੂ ਸਾਹਿਬ ਦਾ ਤਾਂ ਪਾਕਿਸਤਾਨ ਨੇ ਕਿਉਂ ਕੱਟਣਾ ਹੈ, ਉਹ ਤਾਂ ਸਿੱਧੇ ਤੌਰ 'ਤੇ ਵੀ ਸੱਦ ਰਿਹਾ। ਇਸ ਕਰਕੇ ਸਾਨੂੰ ਇਸ ਗੱਲ ਦੇ ਵਿੱਚ ਕੋਈ ਨਹੀਂ ਕੋਈ ਸ਼ੱਕ 'ਚ ਪੈਣਾ ਚਾਹੀਦਾ। ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਇਹ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਤਾਂ ਹਰ ਉਸ ਬੰਦੇ ਦੀ ਚੰਗੇ ਇਨਸਾਨ ਦੀ ਐਂ ਕਰਦੇ ਹਾਂ, ਉਹ ਕਰਦੇ ਹਾਂ, ਜਿੰਨੀਆਂ ਗੱਲਾਂ ਕਹੀਆਂ ਭਾਈ ਸਾਹਿਬ ਨੇ ਮੈਂ ਸਾਰੀਆਂ ਦੀ ਤਾਇਦ ਕਰਦਾ, ਪਰ ਮੈਂ ਇਹ ਬੇਨਤੀ ਕਰਦਾ ਵੀ ਸਿੱਧੂ ਸਾਹਿਬ ਦੀ ਉਦੋਂ ਹੀ ਇਹ ਗੱਲਾਂ ਦੀ ਤਾਇਦ ਕਰ ਰਹੇ ਆ ਜਦੋਂ ਇਹ ਕਾਂਗਰਸ ਪਾਰਟੀ ਹੈ, ਜਦੋਂ ਭਾਈ ਤੁਹਾਡੇ ਘਰੇ ਗਿਆ ਸੀ ਉਦੋਂ ਸਾਂਭ ਲੈਣਾ ਸੀ, ਫਿਰ ਉਹ ਐਡਾ ਚੰਗਾ ਬੰਦਾ ਸੀ ਉਹਨੂੰ ਪੰਜਾਬ ਮੈਂ ਬੇਨਤੀ ਇਹ ਕਰਦੇ ਹਾਂ ਵੀ ਉਦੋਂ ਭਾਈ ਫਿਰ ਤੁਸੀਂ ਮੰਨ ਲੈਣੀ ਸੀ ਜੇ ਉਹ ਐਡਾ ਸਿਆਣਾ ਬੰਦਾ ਸੀਗਾ। ਇਸ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਆਪਾਂ ਅੱਗ ਲਾਉਣ ਨੂੰ ਅਗਲੇ ਨੂੰ ਪੰਪ ਨਾ ਮਾਰੀ ਜਾਓ, ਪਾਰਟੀ ਜਿਹੜੀ ਚਾਹੇਗਾ ਉਹ ਪਾਰਟੀ ਨੇ ਆਪਦਾ ਸਿਸਟਮ ਦੇਖਣਾ, ਤੁਸੀਂ ਆਪਦਾ ਦੇਖੋ। ਤੇ ਦੂਜੀ ਗੱਲ ਰਹੀ ਗੱਲ ਸੱਦਾ ਦੇਣ ਦੀ, ਸਰਕਾਰ ਨੇ ਦਿੱਤਾ ਕਿ ਨਹੀਂ ਦਿੱਤਾ ਸਾਨੂੰ ਪਤਾ ਨਹੀਂ, ਮੈਂ ਫੋਟੋ ਲੱਗੀ ਦੇਖੀ ਸੀ ਕਿ SGPC ਦੇ ਪ੍ਰਧਾਨ ਸਾਹਿਬ ਕੇਜਰੀਵਾਲ ਸਾਹਿਬ ਨੂੰ ਘਰ ਜਾ ਕੇ ਸੱਦਾ ਦੇ ਕੇ ਆਏ, ਤੇ ਉਮੀਦ ਕਰਦੇ ਆ ਸਾਰੀ ਪਾਰਟੀ ਸ਼ਾਮਲ। ਠੀਕ ਹੈ, ਚਲੋ ਮੈਂ ਤਸਦੀਕ ਤਾਂ ਨਹੀਂ ਕਰਦਾ, ਹੋ ਸਕਦਾ ਆਉਣ ਵਾਲੇ ਸਮੇਂ ਤੁਹਾਡੇ ਨਾਲ ਵੀ ਜੱਫੀ ਪਾਈ ਸਿੱਧੂ ਸਾਹਿਬ ਦੀ। ਹਾਂ ਬਹਿਸ ਸਾਹਿਬ, ਲਾਸਟ ਮਿੰਟ ਤੁਹਾਡੇ ਚਾਹੀਦੇ ਆ, ਕਰਤਾਰਪੁਰ ਲਾਂਘੇ 'ਚ ਹੁਣ ਕਿਹੜੀ ਬਹਿਸ ਬਾਕੀ ਹੈਗੀ? ਬਹਿਸ ਇਹ ਬਾਕੀ ਹੈ ਜੀ, ਦੇਖੋ ਅਸੀਂ ਕ੍ਰੈਡਿਟ ਦੀ ਗੱਲ, ਨਵਜੋਤ ਸਿੱਧੂ ਦਾ ਹੈ ਰੋਲ ਕਿ ਨਹੀਂ ਹੈ, ਮੈਂ ਇੱਕ ਐਜ ਏ ਸਿੱਖ ਸਮਝਦਾ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦਾ ਇੱਕ ਬਹੁਤ ਵੱਡਾ ਜਿਹੜਾ ਇਹਦੇ 'ਚ ਰੋਲ ਹੈਗਾ, ਬਹੁਤ ਵੱਡਾ ਉਹਨਾਂ ਨੂੰ ਸਿਹਰਾ ਜਾਂਦਾ ਕਿ ਉਹਨਾਂ ਨੇ ਇਸ ਨੂੰ ਬੜੇ ਖੁੱਲ੍ਹੇ ਦਿਲ ਦੇ ਨਾਲ ਉਹ ਗੁਰਦੁਆਰੇ ਨੂੰ ਬਣਾਇਆ, ਉੱਥੇ ਬਹੁਤ ਵਧੀਆ ਕੰਸਟਰਕਸ਼ਨ ਕੀਤੀ, ਔਰ ਇਹ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਇਹ ਬਾਬਾ ਨਾਨਕ ਜੀ ਦਾ ਸਥਾਨ ਜਿਹੜਾ ਉਹ ਬਣ ਗਿਆ ਹੈ, ਔਰ ਇਹ ਜੈਸਚਰ ਇਹਨਾਂ ਨੂੰ ਸ਼ੋਅ ਕਰਨਾ ਚਾਹੀਦਾ। 6 ਤਰੀਕ ਨੂੰ ਪੰਜਾਬ ਅਸੈਂਬਲੀ ਦਾ ਸੈਸ਼ਨ ਹੈਗਾ, ਬਕਾਇਦਾ ਉੱਥੇ ਮਤਾ ਪਾਸ ਕਰਕੇ ਇਮਰਾਨ ਖਾਨ ਦਾ ਧੰਨਵਾਦ ਕਰਨਾ ਚਾਹੀਦਾ ਕਿ ਉਹਨਾਂ ਨੇ ਐਡੇ ਵੱਡੇ ਬੜੀ ਇੰਪੋਰਟੈਂਟ ਗੱਲ ਕਹੀ, ਬੜੀ ਇੰਪੋਰਟੈਂਟ ਗੱਲ ਕਹੀ। ਮੈਂ ਲਾਸਟ ਕਮੈਂਟ ਤੁਹਾਡਾ ਲੈਣਾ ਚਾਹੁੰਦੀ ਬਰਾੜ, ਕਿ SGPC ਨੂੰ ਇਮਰਾਨ ਖਾਨ ਨੂੰ ਸੱਦਣਾ ਚਾਹੀਦਾ, ਇੱਥੇ ਸਮਾਗਮ 'ਚ ਸੱਦਾ ਦੇਣਾ ਚਾਹੀਦਾ? ਦੇਖੋ ਬੇ, ਇਹ ਆਪਦੇ ਤੌਰ 'ਤੇ ਕਹਿ ਦਿਆਂ ਜਾਂ ਪਾਰਟੀ ਦੇ ਤੌਰ 'ਤੇ
ਪੈਨਲ ਨੇ ਬਹੁਤ ਅੱਛੀ ਡਿਸਕਸ਼ਨ ਕੀਤੀ ਹੈਗੀ ਆ, ਡਿਬੇਟ ਕੀਤੀ ਹੈਗੀ ਆ, ਤੇ ਕਈ ਜਿਹੜੇ ਸੁਝਾਅ ਇੱਥੇ ਪੈਨਲ ਦੇ ਵਿੱਚ ਰੱਖੇ ਗਏ ਹੈ ਕਿ ਉਹਨਾਂ ਸੁਝਾਵਾਂ ਨੂੰ ਆਪਣੀ ਪਾਰਟੀ ਤੱਕ ਇਹ ਨੁਮਾਇੰਦੇ ਪਹੁੰਚਾਉਣਗੇ ਜ਼ਰੂਰ, ਅਤੇ ਜਦੋਂ ਉਹਨਾਂ ਦਾ ਜਵਾਬ ਮਿਲ ਜਾਏਗਾ ਤਾਂ ਮੈਂ ਡਿਬੇਟ ਕਰੂੰਗਾ ਜ਼ਰੂਰ। ਬਹੁਤ ਧੰਨਵਾਦ।